ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਫਾਰਸੀ ਅਤੇ ਉਰਦੂ ਵੀ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। ਪੰਜਾਬੀ ਮਾਂ ਮੇਰੀ, ਮੈਂ ਇਸ ਨੂੰ ਪਿਆਰ ਕਰਾਂ, ਇਹ ਗੱਲ ਨਾ ਆਖਣੋਂ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਅਤੇ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮਾਣ ਮਿਲੇ ਪੰਜਾਬੀ ਨੂੰ ਦੇਸ਼ ਅੰਦਰ, ਮੁੱਢੋਂ ਆਸ਼ਿਕ ਮੈਂ ਇਸ ਉਮੰਗਦਾ ਹਾਂ। ਮੁੱਢੋਂ ਆਸ਼ਿਕ ਮੈਂ ਇਸ ਉਮੰਗਦਾ ਹਾਂ। ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਦੋਸਤੋ, ਬਾਬੂ ਸ਼ਰਫਦੀਨ ਹੈ ਜਿਹੜੇ, ਬਾਬੂ ਫਿਰੋਜ਼ਦੀਨ ਸ਼ਰਫ ਸਾਹਿਬ ਦੀਆਂ ਇਹਨਾਂ ਬਹੁਤ ਹੀ ਵਧੀਆ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਦ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕਾਫੀ ਦਿਨਾਂ ਬਾਅਦ ਲਾਈਵ ਸ਼ੋਅ ਕਰਨ ਦਾ ਥੋੜ੍ਹਾ ਮੌਕਾ ਮਿਲਿਆ, ਬਾਹਰ ਅੰਦਰ ਗਏ ਹੋਏ ਸੀਗੇ, ਪਰ ਅੱਜ ਹਾਜ਼ਰ ਅੱਜ ਕਾਲਾਂ ਵਗੈਰਾ ਤੁਹਾਡੀਆਂ ਬਕਾਇਦਾ ਲਵਾਂਗੇ। ਪਰ ਪਹਿਲਾਂ ਗੱਲ ਕਰੀਏ ਪੰਜਾਬ ਦੀਆਂ ਖਬਰਾਂ ਦੀ, ਬਾਕੀ ਇੱਥੋਂ ਦੀ ਗੱਲ ਕਰਾਂ। ਉਸ ਤੋਂ ਵੀ ਪਹਿਲਾਂ ਮੈਂ ਬਾਬੂ ਫਿਰੋਜ਼ਦੀਨ ਸ਼ਰਫ ਸਾਹਿਬ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗਾ। ਅੱਜ ਭਗਵੰਤ ਮਾਨ ਹੁਣ ਨਾਲ ਗੱਲ ਚੱਲਦੀ ਸੀ ਤਾਂ ਉਹਨਾਂ ਨੇ ਗੱਲਾਂ ਗੱਲਾਂ ਦੇ ਵਿੱਚ ਇਹ ਸ਼ੇਅਰ ਬੋਲਿਆ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਬੜੀਆਂ ਸੋਹਣੀਆਂ ਲਾਈਨਾਂ। ਮੈਂ ਕਿਹਾ ਮਾਨ ਸਾਹਿਬ ਵੀ ਮੈਂ ਸੁਣਿਆ ਨਹੀਂ ਸ਼ੇਅਰ ਕਿਤੇ, ਕਿਹਦਾ ਹੈਗਾ? ਉਹਨਾਂ ਨੇ ਫਿਰ ਦੱਸਿਆ ਬਾਬੂ ਫਿਰੋਜ਼ਦੀਨ ਸ਼ਰਫ ਸਾਹਿਬ, ਕਦੇ ਖੋਲ੍ਹ ਕੇ ਦੇਖੀ ਤੂੰ ਉਹਨਾਂ ਦੀਆਂ ਕਵਿਤਾਵਾਂ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਐਸੀਆਂ ਕਵਿਤਾਵਾਂ ਨੇ ਜਿਹੜੀਆਂ ਕਿ ਹਿੰਦੂ ਸਿੱਖ ਦੇ ਜਾਂ ਹਿੰਦੂ ਮੁਸਲਮਾਨ ਦੇ ਭੇਦਭਾਵ ਨੂੰ ਦੂਰ ਕਰਦੀਆਂ ਨੇ, ਆਜ਼ਾਦੀ ਦੀ ਗੱਲ ਕਰਦੀਆਂ ਨੇ, ਗੁਲਾਮੀ ਦੀ ਭੰਡੀ ਦੀ ਗੱਲ ਕਰਦੀਆਂ ਨੇ, ਜਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਦੀ ਗੱਲ ਕਰਦੀਆਂ ਨੇ। ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਵੀ ਸ਼ਾਇਦ ਨਹੀਂ ਪਤਾ ਹੋਏਗਾ, ਬਾਬੂ ਫਿਰੋਜ਼ਦੀਨ ਸ਼ਰਫ ਸਾਹਿਬ ਜਿਹੜੇ 1898 ਤੋਂ ਲੈ ਕੇ 1955 ਤੱਕ ਉਹ ਰਹੇ ਨੇ, ਲਾਹੌਰ ਦੇ ਵਿੱਚ ਪੈਦਾ ਹੋਏ ਸੀ। ਪਰ ਉਹਨਾਂ ਨੇ ਵੀ, ਅਗਰ ਅਸੀਂ ਗੱਲ ਕਰੀਏ ਬਾਬਾ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਦੀ ਗੱਲ ਕਰੀਏ, ਤਾਂ ਉਹਨਾਂ ਵਾਂਗੂ ਇਹਨਾਂ ਦੀਆਂ ਵੀ ਅਨੇਕਾਂ ਕਵਿਤਾਵਾਂ, ਬਹੁਤ ਸੋਹਣੀਆਂ ਕਵਿਤਾਵਾਂ, ਬਹੁਤ ਸੋਹਣੀ ਸ਼ਾਇਰੋ ਸ਼ਾਇਰੀ ਜਿਹੜੀ ਉਹ ਇਹਨਾਂ ਦੀ ਪਈ ਹੈ ਸਾਡੇ ਕੋਲ ਪੜ੍ਹਨ ਸੁਣਨ ਨੂੰ। ਗਾਹੇ ਵਗਾਹੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ, ਅੱਜ ਦੇ ਪ੍ਰੋਗਰਾਮ ਦੀ ਗੱਲ ਜਿਹੜੀ ਹੈ ਕਿ ਆਮ ਵਾਂਗੂ ਪ੍ਰੋਗਰਾਮ ਹੋਏਗਾ, ਜਿਵੇਂ ਹੁੰਦਾ ਗੱਲਾਂ ਬਾਤਾਂ ਉੱਠਦੀਆਂ ਖਬਰਾਂ। ਪਰ ਨਾਲ ਦੀ ਨਾਲ ਕੱਲ੍ਹ 16 ਦਸੰਬਰ ਸੀਗੀ, 16 ਦਸੰਬਰ ਦੀ ਗੱਲ ਕਰੀਏ, ਅਤੇ ਕੱਲ੍ਹ ਸੰਗਰਾਂਦ ਵੀ ਸੀ। ਸੰਗਰਾਂਦ ਪੋਹ ਦੀ ਜਦੋਂ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਮਹੀਨਾ ਫਿਰ ਸਾਡੇ ਸਿੱਖ ਇਤਿਹਾਸ ਵਾਸਤੇ, ਖਾਸ ਤੌਰ 'ਤੇ ਸਾਡੇ ਪੂਰੀ ਦੁਨੀਆਂ ਵਿੱਚ ਬੈਠੀ ਜਿੰਨੀ ਵੀ ਨਾਨਕ ਨਾਮ ਲੇਵਾ ਸੰਗਤ ਹੈਗੀ ਆ, ਉਹਨਾਂ ਵਾਸਤੇ ਇੱਕ ਉਚੇਚਾ ਮਹੀਨਾ ਹੋ ਨਿਬੜਦਾ ਹੈ ਫਿਰ ਦਸੰਬਰ ਦਾ, ਬਾਕੀ ਮਹੀਨਾ ਜਿਹੜਾ ਹੈਗਾ, ਕਿਉਂਕਿ ਇਹ ਸਮਾਂ ਜਿਹੜਾ ਸੀ ਬਹੁਤ ਭਾਰੀ ਰਿਹਾ ਸੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇਸ ਸਮੇਂ ਦੇ ਵਿੱਚ ਸ਼ਹੀਦੀਆਂ ਪਾ ਗਿਆ ਸੀਗਾ। ਛੋਟੇ ਛੋਟੇ ਬੱਚੇ, ਸਾਡੇ ਜਿਹੜੇ ਸਾਹਿਬਜ਼ਾਦੇ ਅਸੀਂ ਕਹਿੰਦੇ ਹਾਂ, ਉਹਨਾਂ ਦਾ ਸ਼ਹੀਦੀ ਜੋੜ ਮੇਲਾ ਵੀ ਆਉਣ ਵਾਲਾ। ਸੋ ਸਭ ਤੋਂ ਪਹਿਲਾਂ ਅਸੀਂ ਸਮੂਹ ਸਾਧ ਸੰਗਤ ਦੇ ਜਿਹੜੀ ਆ ਇਹ ਹੀ ਅਸੀਂ ਅਰਦਾਸ ਕਰਦੇ ਵਾਹਿਗੁਰੂ ਅੱਗੇ, ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਨਾਲ ਦੀ ਨਾਲ ਅਸੀਂ ਜਿਹੜਾ ਬੱਚਿਆਂ ਨੂੰ ਹੈ ਜ਼ਰੂਰ ਇਸ ਮਹੀਨੇ ਦੀ ਮਹਾਨਤਾ ਬਾਰੇ ਗੱਲਬਾਤ ਕਰੀ। ਬਾਕੀ ਰਹੀ ਗੱਲ ਜੀ ਖਬਰਾਂ ਦੀ, ਤਾਂ ਖਬਰਾਂ ਪੰਜਾਬ ਦੇ ਵਿੱਚ ਤਾਂ ਫਿਰ ਉਹੀ ਹੈ, ਰੌਲਾ ਰੱਪਾ ਚੱਲ ਰਿਹਾ ਜੀ। ਉਹ ਕੋਈ ਬਿੱਲ ਪਾਸ ਕਰਤਾ, ਕੋਈ ਕਿਸੇ ਨੇ ਬਿੱਲ ਪਾਸ ਕਰਤਾ, ਦੂਜੇ ਨੇ ਵਿਰੋਧ ਕਰਤਾ, ਉਹਨਾਂ ਨੇ ਸਾੜਤਾ, ਉਹਨਾਂ ਨੇ ਕੁਛ ਕਰਤਾ, ਇਹ ਕਰਤਾ, ਇਹ ਖਬਰਾਂ ਅਕਸਰ ਹੈਗੀਆਂ। ਪਰ ਅਗਰ ਗੱਲ ਕਿਸੇ ਮੰਤਰੀ ਦੇ ਨਾਲ ਕਰੀਏ ਨਾ, ਵੀ ਭਾਅ ਜੀ ਆਹ ਚੀਜ਼ ਹੋ ਗਈ ਫਲਾਨੀ ਜਗ੍ਹਾ, ਬਲਾਤਕਾਰ ਕਰਕੇ ਕੁੜੀ ਸਾੜਤੀ ਵੀ ਇਹਦਾ, ਉਹ ਕਹਿੰਦੇ ਜੀ ਤੁਸੀਂ ਉਹ, ਚਲੋ ਇਹ ਤਾਂ ਚਲੋ ਭਾਰਤ ਦੇ ਵਿੱਚ ਹੋ ਗਿਆ, ਵਿਕਾਸ ਦੇਖੋ ਕਿੰਨਾ ਹੋਇਆ, ਵਿਕਾਸ ਦੇਖੋ ਭਾਰਤ ਦਾ ਵਿਕਾਸ ਦੇਖੋ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਵਿਕਾਸ ਕਿਹੜਾ ਵਿਕਾਸ ਹੋਇਆ, ਜਿਹੜਾ ਇਹੋ ਜਿਹੀਆਂ ਵੱਡੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਜਾਣ ਬੁੱਝ ਕੇ ਕ੍ਰੀਏਟ ਕੀਤੀਆਂ ਜਾਂਦੀਆਂ, ਜਿਹੜੀਆਂ ਉਹਨਾਂ ਤੋਂ ਵੀ ਵੱਡਾ ਵਿਕਾਸ ਕਿਹੜਾ ਹੋ ਗਿਆ। ਚਲੋ ਜੀ ਅਕਸਰ ਲੀਡਰਾਂ ਦਾ ਇਹੀ ਹੁੰਦਾ ਕਿ ਇਹੋ ਜਿਹੇ, ਇਹ ਚਲੋ ਇਹ ਤਾਂ ਭਾਰਤ ਦੇ ਵਿੱਚ ਚੱਲਦਾ ਹੀ ਰਹਿੰਦਾ, ਇਹ ਕਹਿ ਦਿੰਦੇ ਨੇ। ਅਸੀਂ ਵੀ ਬਹੁਤੇ ਲੋਕ ਫਿਰ ਕੰਨਾਂ ਕੇ ਸਲਮਾਰ ਰਹਿੰਦੇ ਹਾਂ ਵੀ ਚਲੋ ਛੱਡੋ ਜੀ, ਇਹ ਚੀਜ਼ਾਂ ਤਾਂ ਭਾਰਤ ਦੇ ਵਿੱਚ ਹੁੰਦੀਆਂ ਰਹਿਣੀਆਂ। ਤੁਹਾਡੇ ਨਾਲ ਅੱਜ ਕੁਝ ਖਬਰਾਂ ਸਾਂਝੀਆਂ ਕਰੂੰਗਾ। ਪਹਿਲਾਂ ਦੁਨੀਆ ਰੰਗ ਬਿਰੰਗੀ, ਅਜਬ ਗਜਬ ਉੱਡਦੀਆਂ ਖਬਰਾਂ, ਜੋ ਮਰਜ਼ੀ ਇਹਨੂੰ ਨਾਮ ਦੇ ਦਈਏ, ਪਰ ਇਹਦੇ ਵਿੱਚ ਚੀਜ਼ਾਂ ਬਹੁਤ ਇੰਟਰਸਟਿੰਗ ਹੁੰਦੀਆਂ ਕਈ ਵਾਰੀ। ਅਤੇ ਇੱਕ ਮੈਂ ਦੋ ਖਬਰਾਂ ਪੜ੍ਹ ਕੇ ਨਾ, ਇੱਕ ਕਾਨੂੰਨ ਅਜਬ ਗਜਬ ਕਾਨੂੰਨ ਜਿਹੜਾ ਹੈਗੇ ਨੇ ਕੁਛ ਮੁਲਕਾਂ ਦੇ ਜਾਂ ਕੁਛ ਸ਼ਹਿਰਾਂ ਦੇ, ਉਹ ਤੁਹਾਡੇ ਨਾਲ ਸਾਂਝੇ ਕਰੂੰਗਾ। ਬੜੇ ਸੁਣਨ ਵਾਲੇ ਨੇ, ਬਹੁਤ ਇੰਟਰਸਟਿੰਗ ਨੇ ਕਾਨੂੰਨ ਜਿਹੜੇ। ਪਰ ਪਹਿਲਾਂ ਅਸੀਂ ਖਬਰ ਜਿਹੜੀ ਸਾਂਝੀ ਕਰਦੇ ਹਾਂ ਮੁਜ਼ੱਫਰਨਗਰ ਯੂਪੀ ਤੋਂ।
ਕਮਾਲ ਦੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਰਸਮੋ ਰਿਵਾਜ਼ ਬਹੁਤ ਨੇ ਜਿਹੜੇ ਕਿ ਸਾਡੇ ਵਿਆਹਾਂ ਨੂੰ ਵਧੀਆ ਬਣਾਉਣ ਵਿੱਚ ਜਾਂ ਮਨੋਰੰਜਨ ਕਰਨ ਦੇ ਵਿੱਚ ਬਹੁਤ ਸਹਾਈ ਹੁੰਦੇ ਨੇ। ਉਸ ਸਮੇਂ ਦੇ ਵਿੱਚ ਹੋਰ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ ਹੁੰਦਾ ਅਤੇ ਇਹ ਰਸਮੋ ਰਿਵਾਜ਼ ਜਿਹੜੇ ਬਹੁਤ ਸਾਰੇ ਸੀਗੇ ਉਹ ਇੱਕ ਵਧੀਆ ਮਨੋਰੰਜਨ ਅਤੇ ਵਧੀਆ ਤਾਲਮੇਲ ਜਾਂ ਵਧੀਆ ਪਿਆਰ ਮੁਹੱਬਤ ਬਣਾਉਣ ਦਾ ਜਿਹੜਾ ਸਾਧਨ ਮੰਨੇ ਜਾਂਦੇ ਸੀਗੇ। ਇੱਕ ਰਸਮ ਹੈਗੀ ਹੈ ਜੀ ਜੁੱਤੀ ਲੁਕਾਈ ਕਹਿ ਲਓ, ਜੁੱਤੀ ਛੁਪਾਈ ਕਹਿ ਲਓ, ਜੁੱਤੀ ਚੁਕਾਈ ਕਹਿ ਲਓ, ਪੰਜਾਬ ਦੇ ਵਿੱਚ ਵੀ ਬਹੁਤ ਪ੍ਰਚਲਿਤ ਹੈ। ਅਕਸਰ ਇਹ ਜਿਹੜੀਆਂ ਵਿਆਹੰਦਰ ਮੁੰਡੇ ਦੀਆਂ ਸਾਲੀਆਂ ਜਾਂ ਉਹਦੀਆਂ ਸਹੇਲੀਆਂ ਹੁੰਦੀਆਂ ਉਹਨਾਂ ਵੱਲੋਂ ਇਹ ਰਸਮ ਜਿਹੜੀ ਹੈ ਕੀਤੀ ਜਾਂਦੀ ਹੈ। ਪੈ ਜੁੱਤੀ ਚੱਕ ਕੇ ਪੈਸੇ ਮੰਗੇ ਜਾਂਦੇ ਨੇ। ਪਹਿਲਾਂ ਜਿੱਥੇ 21-51 ਦੀ ਗੱਲ ਹੁੰਦੀ ਸੀ ਤਾਂ ਹੁਣ 21,000 51,000 ਤੋਂ ਗੱਲ ਸ਼ੁਰੂ ਹੁੰਦੀ ਹੈ ਅਤੇ ਨਿਬੜਦੀ ਫਿਰ ਆ ਕੇ 2100-3100 51,000 ਤੋਂ ਹੈਗੀ ਹੈ। ਚਲੋ ਇਹ ਰਸਮ ਬਣੀ ਹੈ, ਇਹ ਵੀ ਇੱਕ ਇੰਟਰੋਡਕਸ਼ਨ ਕਹਿ ਸਕਦੇ ਹਾਂ, ਇੰਟਰੋਡਕਸ਼ਨ ਵਧੀਆ ਹੋ ਜਾਂਦੀ ਹੈ। ਜੁੱਤੀ ਅੱਜ ਕੱਲ੍ਹ ਤਾਂ ਚੱਕਣ ਦੀ ਨੌਬਤ ਹੀ ਨਹੀਂ ਆਉਂਦੀ, ਔਰ ਦੂਜੀ ਗੱਲ ਇਹ ਹੈ ਵੀ ਪਤਾ ਹੀ ਨਹੀਂ ਹੈਗਾ ਕੁੜੀਆਂ ਨੂੰ ਜੁੱਤੀ ਚੱਕਣ ਦਾ, ਅਤੇ ਤੀਜੀ ਗੱਲ ਇਹ ਹੈ ਕਿ ਮੁੰਡੇ ਤੇਜ਼ ਹੋ ਗਏ, ਉਹ ਆਪਦੀ ਜੁੱਤੀ ਪਾ ਕੇ ਨਹੀਂ ਜਾਂਦੇ, ਜੁੱਤੀ ਕਿਸੇ ਦੋਸਤ ਦੀ ਪਾ ਜਾਂਦੇ, ਉਹ ਚੱਕ ਕੇ ਲੈਣ ਦੀ ਉਹ ਲੈ ਜਾਓ ਜੀ 100 ਰੁਪਏ ਜੁੱਤੀ ਸੀ, ਅਸੀਂ ਕੀ ਕਰਨਾ ਇੱਥੋਂ। ਖੈਰ ਇਹ ਰਸਮਾਂ ਪੰਗਾ ਵੀ ਪਾ ਸਕਦੀਆਂ, ਕਦੇ ਇਹ ਅਸੀਂ ਕਦੇ ਨਹੀਂ ਸੋਚਿਆ। ਪੰਗਾ ਵੀ ਇੱਥੋਂ ਤੱਕ ਕਿ ਬਰਾਤ ਵਾਪਸ ਚੱਲ ਗਈ ਖਾਲੀ ਹੱਥ, ਇਹ ਮੁਜ਼ੱਫਰਨਗਰ ਦੀ ਖਬਰ ਹੈ ਜੀ। ਆਏ ਬਰਾਤ ਆਈ, ਬਾਕੀ ਕਾਰਵਾਰ ਹੋਣ ਤੋਂ ਬਾਅਦ ਕੁੜੀਆਂ ਨੇ ਜੁੱਤੀ ਜਦੋਂ ਚੁੱਕੀ ਉਹਦੀ ਮੁੰਡੇ ਦੀ, ਅਤੇ ਬਾਅਦ ਦੇ ਵਿੱਚ ਗੱਲਬਾਤ ਹੋਈ ਵੀ ਜੁੱਤੀ ਦਿਓ, ਅਤੇ ਉਹ ਕਹਿੰਦੀ ਹੈ ਵੀ ਪੈਸੇ ਦਿਓ, ਪੈਸੇ ਵਾਹਵਾ ਮੰਗ ਲਏ ਹੋਣੇ ਜਾਂ ਕੁਛ ਮੰਗ ਲਿਆ ਹੋਣਾ, ਅਤੇ ਮੁੰਡਾ ਕਹਿੰਦੇ ਜੀ ਭੜਕ ਗਿਆ, ਮੁੰਡਾ ਉਹਨਾਂ ਦੇ ਗਲ ਪੈ ਗਿਆ ਕੁੜੀਆਂ ਦੇ, ਉਹਨਾਂ ਨੂੰ ਵੱਧ ਘੱਟ ਬੋਲਤੀ ਮੁੰਡੇ ਨੇ ਕਿਤੇ ਵਿਆਹ ਵਾਲੇ ਨੇ, ਅਤੇ ਜਦੋਂ ਕੁੜੀਆਂ ਤਾਂ ਚੁੱਪ ਕਰਕੇ ਚਲ ਗਈਆਂ ਅਤੇ ਲਾੜੀ ਨੇ ਅੰਦਰੋਂ ਦਲੇਰੀ ਕੀਤੀ ਵਿਆਹ ਵਾਲੀ ਕੁੜੀ ਨੇ, ਉਹ ਕਹਿੰਦੀ ਭੱਜ ਤਿੱਤਰ ਹੋ ਜਾ, ਕਹਿੰਦੀ ਕੋਈ ਨਾ ਉਡੀਕ ਰੱਖੀ। ਬਥੇਰੀਆਂ ਉਹਨਾਂ ਨੇ ਮਿੰਤ ਤਰਲੇ ਕੀਤੇ, ਪਹਿਲਾਂ ਤਾਂ ਬਰਾਤ ਉੱਥੇ ਉਹਨਾਂ ਨੇ ਡੱਕ ਲਈ, ਕਿਸੇ ਰੋਕ ਲਈ ਕਿਤੇ ਨਾ ਜਾਣ ਨਹੀਂ ਦਿੱਤੀ ਬਾਹਰ, ਕਿਤੇ ਵੀ ਰੋਟੀ ਪਾਣੀ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਸਾਡਾ 10 ਲੱਖ ਰੁਪਈਆ ਜਿਹੜਾ ਤੁਸੀਂ ਲਿਆ ਆ ਦਾਜ ਦੇ ਵਿੱਚ ਉਹ ਵਾਪਸ ਕਰੋ, ਖਾਲੀ ਹੱਥ ਵੀ ਬਰਾਤ ਤਾਂ ਜਾਣ ਦੇਣੀ ਹੈ। ਵੀ ਉਦੋਂ ਬਾਅਦ ਇਹ ਸਮਝ ਆ ਗਈ ਗੱਲ ਵੀ ਤੂੰ ਭਰਾ ਜੇ 10 ਲੱਖ ਰੁਪਈਆ ਲਿਆ ਸੀ ਅਤੇ ਵਿੱਚੋਂ ਕੁੜੀਆਂ ਨੂੰ 5,500 ਰੁਪਈਆ ਦੇ ਦਿੰਦਾ ਤਾਂ ਕਾਹਨੂੰ ਗੱਲ ਵੱਧਦੀ। ਚਲੋ ਉਦੋਂ ਬਾਅਦ ਕੁੜੀ ਵਾਲਿਆਂ ਵਾਲੇ ਪਾਸੋਂ ਮੈਨੂੰ ਕੁੜੀ ਵੱਲੋਂ ਇਹ ਮੈਨੂੰ ਲੱਗਿਆ ਗੱਲ ਜਦੋਂ ਕੁੜੀ ਨੇ ਮੁੰਡਾ ਦੇਖਿਆ, ਕਿਉਂਕਿ ਭਾਰਤ ਦੇ ਹਜੇ ਵੀ ਬਹੁਤ ਸਾਰੇ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਦੇਖਦੇ ਗਈ ਹੈ ਪਹਿਲਾਂ ਨਹੀਂ ਹੁੰਦਾ, ਜਦੋਂ ਕੁੜੀ ਨੇ ਮੁੰਡਾ ਦੇਖਿਆ ਹੋਊਗਾ ਵਿਆਹ ਦੇ ਵਿੱਚ ਆਇਆ, ਉਹਨੇ ਸੋਚਿਆ ਹੁਣ ਭਾਈ 10 ਲੱਖ ਵਾਲਾ ਤਾਂ ਹੈ ਨਹੀਂ ਇਹ, ਨਾ 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 ਇਹ ਤਾਂ 2-2.5 ਲੱਖ ਵਾਲਾ ਹੈਗਾ, ਇਹ 10 ਲੱਖ ਵਾਲਾ ਤਾਂ ਮੂੰਹ ਹੀ ਹੈ ਨਹੀਂ ਇਹਦਾ। ਉਹਨੇ ਫਿਰ ਬਹਾਨਾ ਉਹਨੂੰ ਮਿਲ ਗਿਆ, ਤਾਂ ਉਹਨੇ ਉਸ ਬਹਾਨੇ ਸਿਰ ਇਹਨਾਂ ਦੀ ਵਾਹਵਾ ਨਾਲੇ ਲਾਹ ਪਾ ਕੀਤੀ ਅਤੇ ਨਾਲੇ 10 ਲੱਖ ਰੁਪਈਆ ਵਾਸ ਲਿਆ, ਨਾਲੇ ਬਰਾਤ ਖਾਲੀ ਹੱਥ ਵਾਪਸ ਭੇਜਤੀ। ਚਲੋ ਜੀ ਖੈਰ ਆ ਪਹਿਲਾਂ ਕੱਪੜੇ ਧੋਂਦੇ ਸੀ ਥਾਪੀਆਂ ਦੇ ਨਾਲ, ਪਿੰਡਾਂ ਦੇ ਵਿੱਚ ਪਤਾ ਹੈ ਨਾ, ਥਾਪੀਆਂ ਨਾਲ ਕੁੱਟ ਕੁੱਟ ਕੇ ਕੱਪੜਾ ਵੀ ਰੋਣ ਲੱਗ ਪੈਂਦਾ ਸੀ, ਭਾਈ ਬਸ ਕਰੋ ਥੋੜ੍ਹਾ ਕੁੱਟੋ, ਪਰ ਮੈਲ ਐਸੀ ਢੀਠ ਹੁੰਦੀ ਸੀ ਨਿਕਲਦੀ ਨਹੀਂ ਹੁੰਦੀ ਸੀ ਕੱਪੜੇ ਦੇ ਵਿੱਚੋਂ, ਉਹ ਚੰਗਾ ਕੱਪੜਾ ਕੁੱਟਣਾ ਪੈਂਦਾ ਸੀ। ਉਦੋਂ ਬਾਅਦ ਸਮਾਂ ਬਦਲਿਆ, ਹੁਣ ਅੱਜ ਕੱਲ੍ਹ ਜਿਹੜੇ ਹੈਗੇ ਨੇ ਘਰ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਵਾਸ਼ਿੰਗ ਮਸ਼ੀਨ ਅਤੇ ਡਰਾਇਰ ਲੱਗੀ ਹੋਈ ਆ। ਇੱਥੇ ਅਮੈਰੀਕਾ ਦੀ ਇੱਕ ਖਬਰ ਹੈ ਕਿ ਜਨਾਨੀ ਇਹ ਕੱਪੜੇ ਧੋਣ ਜਾਂਦੀ ਆ ਇੱਥੇ, ਇੱਥੇ ਤਕਰੀਬਨ ਮੇਰੇ ਖਿਆਲ ਬਾਕੀ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ, ਨਿਊਯਾਰਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੀਗਾ, ਇੱਥੇ ਵੀ ਕਾਫੀ, ਕੈਲੀਫੋਰਨੀਆ ਵਿੱਚ ਕਾਫੀ ਕੁਆਇਨ ਲਾਉਂਡਰੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕੁਆਇਨ ਪਾਓ ਤਾਂ ਆਪਣੇ ਕੱਪੜੇ ਧੋਤ, ਬਾਅਦ 'ਚ ਕੁਆਇਨ ਪਾਓ ਅਤੇ ਕੱਪੜੇ ਸੁਕਾਓ ਸੁਕਾਓ ਤਾਂ ਉਹ ਲਾਉਂਡਰੀਜ਼ ਬਣੀਆਂ ਹੋਈਆਂ ਨੇ ਇੱਥੇ ਸਾਡੀਆਂ ਸਹੂਲਤਾਂ ਵਾਸਤੇ। ਕੋਈ ਲੇਡੀ ਕੱਪੜੇ ਧੋਣ ਜਾਂਦੀ ਸੀ ਇੱਥੇ, ਅਮਰੀਕਾ ਦੀ ਖਬਰ ਆ ਇਹ, ਕੱਪੜੇ ਧੋਣ ਜਾਣਾ ਅਤੇ ਨਾਲ ਇੱਕ ਲੋਕ ਕੁਦਰਤੀ ਤੌਰ 'ਤੇ ਉੱਦਣ ਕੋਈ ਇੱਕ ਹੋਰ ਲੇਡੀ ਆਉਂਦੀ ਆ ਜਾਂਦੀ, ਅਤੇ ਉਸ ਲੇਡੀ ਦੇ ਕੋਲ ਇੱਕ ਜਿਹੜਾ ਬਰਫ਼ ਪਾਉਣ ਵਾਲਾ ਹੁੰਦਾ ਆਈਸ ਕਿਊਬ ਜੇ ਪੈਂਦੇ ਜਿਹਦੇ 'ਚ ਦਾਰੂ ਦੂਰੂ ਵਾਲੇ ਰੱਖਦੇ ਕੋਲ, ਇੱਕ ਉੱਦਾਂ ਦਾ ਨਾਲ ਹੋਣਾ, ਉਹਨੇ ਜਨਾਨੀ ਨੇ ਸੋਚਣਾ ਵੀ ਇਹ ਦਾਰੂ ਦੂਰੂ ਪੀਂਦੀ ਹੋਊ ਬਰਫ਼ ਪਾ ਕੇ, ਪਰ ਉਹ ਹੈਰਾਨ ਉਦੋਂ ਰਹਿ ਗਈ ਜਦੋਂ ਉਹਨੇ ਬਰਫ਼ ਕੱਢੀ, ਪਹਿਲਾਂ ਕੱਪੜੇ ਧੋਰੇ ਚੰਗੀ ਤਰ੍ਹਾਂ ਦੇ, ਜਦੋਂ ਸੁਕਾਉਣੇ ਸੀ ਡਰਾਇਰ ਦੇ ਵਿੱਚ ਪਾਉਣੇ ਸੀ, ਬਰਫ਼ ਕੱਢੀ ਅਤੇ ਡਰਾਇਰ 'ਚ ਪਾਤੀ ਨਾਲ, ਅਤੇ ਚਲਾਤੀ ਮਸ਼ੀਨ ਟਰਗੜ ਗੜ 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 ਸੁੱਕੇ ਕੱਪੜੇ। ਉਹ ਬੜੀ ਹੈਰਾਨ ਹੋ ਗਈ, ਇਹਨੂੰ ਵੀ ਦਿਮਾਗ ਖਰਾਬ ਇਹਦਾ, ਇੱਥੇ ਤਾਂ ਕੱਪੜੇ ਸੁਕਾਉਣੇ ਆ ਅਸੀਂ, ਇਹ ਬਰਫ਼ ਪਾਉਣ ਦੀ ਉਲਟਾ। ਅਖੀਰ ਜੀ ਉਹਨੇ ਇੱਕ ਦਿਨ ਪੁੱਛ ਲਿਆ ਅਤੇ ਉਹਨੇ ਜਿੰਨਾ ਵਧੀਆ ਜਵਾਬ ਦਿੱਤਾ, ਉਹ ਸਾਡੇ ਤੁਹਾਡੇ ਵੀ ਕੰਮ ਆਉਣ ਵਾਲਾ ਹੈਗਾ, ਬਹੁਤ ਵਧੀਆ ਜਵਾਬ ਉਹਨੇ ਜਵਾਬ ਇਹ ਦਿੱਤਾ ਵੀ ਭੈਣ ਜੀ ਮੈਂ ਬਰਫ਼ ਇਸ ਕਰਕੇ ਪਾਉਣੀ ਹੈ ਡਰਾਇਰ ਦੇ ਵਿੱਚ। ਉਹ ਕਹਿੰਦੀ ਮਸ਼ੀਨ ਖਰਾਬ ਹੋ ਜੂ, ਕਹਿੰਦੀ ਮਸ਼ੀਨ ਨਹੀਂ ਖਰਾਬ ਹੁੰਦੀ, ਬਰਫ਼ ਜਦੋਂ ਪਿੰਘਲਦੀ ਹੈ ਅਤੇ ਕੱਪੜਿਆਂ ਦੇ ਵਿੱਚ ਪਾਣੀ ਬਣਦਾ ਹਲਕਾ ਹਲਕਾ, ਜਿਵੇਂ ਅਸੀਂ ਸਟੀਮ ਦਿੰਦੇ ਹਾਂ ਤਾਂ ਉਹਦੀ ਸਟੀਮ ਬਣ ਜਾਂਦੀ ਭਾਫ਼, ਉਸ ਬਰਫ਼ ਦੀ ਜਦੋਂ ਭਾਫ਼ ਬਣ ਜਾਂਦੀ ਹੈ ਤਾਂ ਫਿਰ ਕੱਪੜੇ ਉਹ ਜਿਹੜੇ ਆ ਉੱਦਾਂ, ਕਹਿੰਦੀ ਮੈਨੂੰ ਘੰਟਾ ਘੰਟਾ ਮੱਥਾ ਮਾਰਨਾ ਪੈਂਦਾ ਜਾ ਕੇ ਪ੍ਰੈੱਸ ਕਰਨ ਵਾਸਤੇ, ਅਤੇ ਮੈਂ ਬਰਫ਼ ਪਾ ਦਿੰਦੀ ਅਤੇ ਪ੍ਰੈੱਸ ਕਰਨ ਦੀ ਲੋੜ ਨਹੀਂ, ਇਹਦੀ ਸਿਲਵਟਾਂ ਪੈਂਦੀਆਂ ਨਹੀਂ ਹੈਗੀਆਂ। ਬੜਾ ਵਧੀਆ ਨੁਕਤਾ ਮੈਨੂੰ ਉਹਦਾ ਲੱਗਿਆ, ਟੋਟਕਾ ਬੜਾ ਵਧੀਆ ਲੱਗਿਆ,
ਵੀ ਫਿਰ ਸਿਲਵਟਾਂ ਪੈਂਦੀਆਂ ਨਹੀਂ ਤਾਂ ਫਿਰ ਕਦੇ ਵਾਸਤੇ ਪੰਗਾ ਲੈਣਾ। ਲਓ ਜੀ ਇੱਕ ਹੋਰ ਜਿਹੜੀ ਖਬਰ ਹੈਗੀ ਉਹ ਹੈਗੀ ਹੈ, ਉਹ ਵੀ ਹਰਿਆਣੇ ਦੀ ਹੈਗੀ ਹੈ ਕਿ ਪਿਆਜ਼ ਬਹੁਤ ਮਹਿੰਗੇ, ਆਪਾਂ ਨੂੰ ਪਤਾ ਹੈ ਪਿਆਜ਼ਾਂ ਨਾਲ ਸੰਬੰਧਿਤ ਖਬਰ ਇਹ ਵੀ ਹਰਿਆਣੇ 'ਚ, ਕੋਈ ਵਿਆਹ ਹੋਇਆ ਇੱਕ ਜਗਪਾਲ ਰਾਠੀ ਅਤੇ ਜੈਪਾਲ ਰਾਠੀ ਦੋ ਭਰਾ ਰੋਹਤਕ ਦੇ, ਲਾਖਣ ਮਾਜਰਾ ਉਹਨਾਂ ਦਾ ਪਿੰਡ ਪੁੰਡ ਪੈਂਦਾ ਕੋਈ ਨੇੜੇ, ਉੱਥੇ ਦੋਵਾਂ ਨੇ ਵਿਆਹ ਤੋਂ ਪਹਿਲਾਂ ਕੋਈ ਭਾਤ ਦਿੰਦੇ ਨੇ, ਭਾਤ ਸ਼ਾਇਦ ਅਸੀਂ ਦਾਜ ਜਿਹੜਾ ਵਿਆਹ ਤੋਂ ਬਾਅਦ ਦਿੰਦੇ ਹਾਂ, ਭਾਤ ਕੋਈ ਹੁੰਦੀ ਹੈ ਕੋਈ ਉਹਨਾਂ ਦੀ ਰਸਮ ਹੁੰਦੀ ਹੋਏਗੀ, ਉਦੋਂ ਕੁੜੀ ਜਿਹੜੀ ਹੈ ਉਹਨੂੰ ਦੇ ਕੇ ਆਉਂਦੇ ਨੇ, ਕੁੜੀ ਵਾਲੇ ਜਿਹੜੇ ਆ ਮੁੰਡੇ ਵਾਲਿਆਂ ਦੇ ਘਰ ਦੇ ਕੇ ਆਉਂਦੇ ਨੇ, ਭਾ ਕੋਈ ਭਾਤ ਉਹਨੂੰ ਕਹਿੰਦੇ ਨੇ ਭਾਤ। ਉਹਨਾਂ ਨੇ ਕਿਹਾ ਜੀ ਭਾਤ ਕੀ ਦਿੱਤੀ ਹੈਗੀ, ਵੈਸੇ ਹੋ ਸਕਦਾ ਕੋਈ ਸੋਨਾ ਸੋਨਾ ਟੂੰਬਾ ਟਾਂਬਾ ਹੁੰਦੀਆਂ ਹੁਣ, ਪਰ ਉਹਨਾਂ ਨੇ ਭਾਤ ਜਿਹੜੀ ਦਿੱਤੀ ਉਹ 5 ਕੁਇੰਟਲ ਪਿਆਜ਼ ਦਿੱਤੇ ਆ। ਉਹ ਕਹਿੰਦੇ ਜੀ ਘੱਟੋ ਘੱਟ ਤੁਸੀਂ ਬਰਾਤ ਵੇਲੇ, ਮਤਲਬ ਇਹ ਨਾ ਕਿਹੋ ਮੁੰਡੇ ਵਾਲਿਆਂ ਨੂੰ, ਮੁੰਡੇ ਵਾਲਿਆਂ ਨੂੰ ਦਿੱਤੇ 5 ਕੁਇੰਟਲ ਜਿਹੜੇ ਹੈਗੇ ਨੇ, ਵੀ ਤੁਸੀਂ ਇਹ ਨਾ ਕਿਹੋ ਵੀ ਅਸੀਂ ਦੰਗ ਬੈਠੇ ਐਵੇਂ, 5 ਕੁਇੰਟਲ ਪਿਆਜ਼ ਥੋੜ੍ਹੇ ਨਹੀਂ ਹੁੰਦੇ ਤੁਹਾਡੇ, ਕਈ ਕਈ ਸਾਲ ਲੰਘ ਜਾਣੇ ਇਹਨਾਂ, ਇਹ ਇੱਕ ਵੱਖਰਾ ਉਹਨਾਂ ਨੇ ਕੀਤਾ। ਖੈਰ ਉਹ ਜਦੋਂ ਭਾਤ ਦਾ ਪਤਾ ਲੱਗਿਆ ਮੁੰਡੇ ਵਾਲਿਆਂ ਦੇ ਘਰੇ, ਤਾਂ ਉਹ ਰਿਸ਼ਤੇਦਾਰ ਹੱਸੇ ਬਹੁਤ, ਕਹਿੰਦੇ ਵੀ ਕਮਾਲ ਦੀ ਗੱਲ, ਇਹ ਤਾਂ ਬੜੀ ਅਜੀਬ ਜਿਹਾ ਜਿਹੜੇ ਇਹਨਾਂ ਦੇ ਹੈਗੇ ਨੇ ਰਿਵਾਜ਼ ਜਿਹੜੇ ਸਾਰੇ। ਲਓ ਜੀ ਆਪਾਂ ਹੁਣ ਜਿਹੜੀ ਗੱਲ ਕਰਨੀ ਆ ਉਹ ਕਰਨੀ ਹੈਗੀ ਹੈ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਅਜੀਬ ਜਿਹਾ ਜਿਹੜੇ ਹੈਗੇ ਨੇ ਕਾਨੂੰਨ ਅਜੀਬ ਉਹ ਗਰੀਬ ਕਾਨੂੰਨ ਜਿਹੜੇ ਉਹ ਸਾਂਝੇ ਕਰਨੇ ਨੇ, ਅਜਬ ਗਰਜਬ ਕਾਨੂੰਨ। ਇੱਕ ਫਿਲਾਪਾਈਨ ਦੇਸ਼ ਹੈ ਜੀ, ਉਹਦੇ ਵਿੱਚ ਅਗਰ ਤੁਸੀਂ ਡਾਈਵੋਰਸ ਲੈਂਦੇ ਹੋ, ਤਲਾਕ ਲੈਂਦੇ ਹੋ, ਤਾਂ ਉਹ ਇਲੀਗਲ ਮੰਨਿਆ ਜਾਂਦਾ। ਤੁਸੀਂ ਤਲਾਕ ਲੈ ਨਹੀਂ ਸਕਦੇ, ਤਲਾਕ ਲੈਂਦੇ ਹੋ ਤਾਂ ਤੁਹਾਨੂੰ ਭਾਰੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ। ਦੂਜਾ ਅਜੀਬੋ ਗਰੀਬ ਕਾਨੂੰਨ ਜਿਹੜਾ ਹੈਗਾ ਉਹ ਜਪਾਨ ਦਾ, ਜਪਾਨ ਵਾਲਿਆਂ ਨੇ ਸੁਮੋ ਮਸ਼ਹੂਰ ਕੀਤੇ ਨੇ, ਮੋਟੇ ਮੋਟੇ ਜਿਹੜੇ ਲਗੋਟ ਜਿਹਾ ਪਾ ਕੇ ਘੁਲਦੇ ਹੁੰਦੇ, ਉਹ ਮੱਝਾਂ ਜੀਆਂ ਹੁੰਦੀਆਂ ਬਹੁਤ ਮੋਟੀਆਂ ਮੋਟੀਆਂ, ਇਹ ਜਪਾਨ ਲਿਆਉਣ, ਪਰ ਜਪਾਨ ਦੇ ਵਿੱਚ ਕਾਨੂੰਨ ਹੈ ਕਿ ਮੋਟਾ ਹੋਣਾ ਉੱਥੇ ਜੁਰਮ ਹੈ। ਜਦੋਂ ਬੰਦੇ ਦੀ ਉਮਰ 40 ਸਾਲ ਤੋਂ ਟੱਪ ਜਾਂਦੀ ਹੈ, ਬੰਦੇ ਦੀ ਚਾਹੇ ਔਰਤ ਦੀ, ਬੰਦੇ ਦੀ ਕਮਰ 36 ਇੰਚ ਹੋਣੀ ਚਾਹੀਦੀ ਹੈ ਅਤੇ ਔਰਤ ਦੀ ਵੱਧ ਤੋਂ ਵੱਧ 32 ਇੰਚ ਹੋਣੀ ਚਾਹੀਦੀ ਹੈ, ਨਹੀਂ ਤਾਂ ਭਾਈ ਜੁਰਮਾਨਾ ਅਤੇ ਸਜ਼ਾ ਹੈ। ਇਹ ਵੀ ਵੱਖਰਾ ਕਾਨੂੰਨ ਮੈਨੂੰ ਦੇਖਣ ਸੁਣਨ ਦੇ ਵਿੱਚ ਆਇਆ। ਕੈਨੇਡਾ ਦੀ ਗੱਲ ਕਰਦੇ, ਕੈਨੇਡਾ ਸ਼ਾਇਦ ਸਾਡੇ ਦਰਸ਼ਕ ਇਹ ਚੀਜ਼ ਦੱਸ ਸਕਣ, ਪਰ ਮੈਨੂੰ ਨਹੀਂ ਲੱਗਿਆ ਇੱਦਾਂ ਦਾ ਕੋਈ ਗੱਲ, ਕਿਉਂਕਿ ਮੈਂ ਕੈਨੇਡਾ ਕਾਫੀ ਕੰਮ ਕੀਤਾ, ਮੀਡੀਆ ਦੇ ਵਿੱਚ ਵੀ, ਰੇਡੀਓ 'ਤੇ ਵੀ ਜਾਂਦੇ ਰਹੇ ਹਾਂ। ਇਹ ਕਹਿੰਦੇ ਜੀ ਕੈਨੇਡਾ ਦੇ ਵਿੱਚ ਕਾਨੂੰਨ ਹੈ ਕਿ ਹਰ 5ਵਾਂ ਗੀਤ ਜਿਹੜਾ ਹੈਗਾ ਉਹ ਕਿਸੇ ਉੱਥੋਂ ਦੇ ਬੋਰਨ ਸਿੰਗਰ ਦਾ ਹੋਣਾ ਚਾਹੀਦਾ। ਜੇ ਕੋਈ ਇਹਦੀ ਬਾਰੇ ਜਾਣਕਾਰੀ ਹੋਵੇ ਜ਼ਰੂਰ ਦੱਸਿਓ ਕਿ ਉਹ ਉੱਥੋਂ ਦਾ, ਕੈਨੇਡਾ ਦਾ ਬੋਰਨ ਚਾਹੀਦਾ। ਇਹ ਹੈਗਾ ਸਿੰਗਾਪੁਰ ਦੀ ਗਰਮ ਗੱਲ ਕਰੀਏ ਤਾਂ ਚਿੰਗਮ ਖਾਣ ਵਾਲੇ ਨੂੰ ਉੱਥੇ $500 ਤੱਕ ਜੁਰਮਾਨਾ ਹੋ ਸਕਦਾ। ਚਿੰਗਮ ਲਿਜਾਣਾ, ਖਾਣਾ ਅਤੇ ਵੇਚਣਾ ਸਾਰਾ ਕੁਛ ਹੀ ਮਨਾ ਜੀ ਉੱਥੇ, ਕਹਿੰਦੇ ਪਤਾ ਨਹੀਂ ਕਿਉਂ ਹੈਗਾ ਜੀ, ਚਿੰਗਮ ਤਾਂ ਲੋਕ ਖਾਂਦੇ ਹੀ ਬਹੁਤ। ਚਲੋ ਆਹ ਫਲੋਰੀਡਾ ਵਿੱਚ, USA ਫਲੋਰੀਡਾ ਦੇ ਵਿੱਚ ਕਹਿੰਦੇ ਕਾਨੂੰਨ ਹੈਗਾ ਵੀ ਸ਼ਾਮ ਨੂੰ 6 ਵਜੇ ਤੋਂ ਬਾਅਦ ਬਾਹਰ ਪਬਲਿਕ ਪਲੇਸ 'ਤੇ ਫਾਰਟ ਕਰਨਾ, ਮਤਲਬ ਤੁਹਾਡਾ ਕੋਈ ਪੇਟ ਪੂਟ ਖਰਾਬ ਹੋ ਜਾਏ ਅਤੇ ਉੱਥੇ ਤੁਸੀਂ ਕੋਈ ਮਤਲਬ ਇੱਦਾਂ ਉੱਦਾਂ ਦੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ, ਤਾਂ ਉਹਨਾਂ ਤੁਹਾਨੂੰ ਸਜ਼ਾ ਹੋ ਸਕਦੀ ਹੈ। ਲਓ ਜੀ ਬੱਚੇ ਦੇ ਨਾਮ ਰੱਖਣ ਲਈ, ਜਿਹੜੇ ਡੈਨਮਾਰਕ ਦੇ ਵਿੱਚ ਕਹਿੰਦੇ ਇਹ ਕਾਨੂੰਨ ਹੈ ਕਿ ਬੱਚੇ ਦੇ ਨਾਮ ਰੱਖਣ ਲਈ ਤੁਹਾਨੂੰ ਚਿੰਟੂ ਬੰਟੂ ਛੰਟੀ ਜਿੱਦਾਂ ਆਪਾਂ ਨਾਂ ਰੱਖ ਲੈਂਦੇ ਤਾਂ ਕੋਈ ਨਾਮ ਨਹੀਂ ਰੱਖ ਸਕਦੇ। ਟੋਟਲ 7000 ਨਾਵਾਂ ਦੀ ਲਿਸਟ ਹੈ, ਉਹਦੇ ਵਿੱਚੋਂ ਹੀ ਨਾਮ ਰੱਖ ਸਕਦੇ ਹਾਂ, ਅਦਰਵਾਈਜ਼ ਸਜ਼ਾ ਹੋ ਸਕਦੀ ਹੈ, ਜੁਰਮਾਨਾ ਹੋ ਸਕਦਾ ਹੈ। ਲਓ ਜੀ ਫਰਾਂਸ ਦੇ ਵਿੱਚ ਜਾਨਵਰਾਂ ਦੇ ਨਾਮ ਨੈਪੋਲੀਅਨ ਦੇ ਨਾਮ ਨਾਲ ਨਹੀਂ ਰੱਖ ਸਕਦੇ, ਸਜ਼ਾ ਹੋ ਸਕਦੀ ਹੈ। ਹਾਈ ਹੀਲ ਪਾਉਣ ਨਾਲ ਜੁਰਮਾਨਾ, ਗ੍ਰੀਸ ਦੇ ਵਿੱਚ ਤੁਸੀਂ ਕਿਤੇ ਜਾਂਦੇ ਹੋ ਦੇਖਣ ਵਾਸਤੇ, ਕੋਈ ਜਿਹੜੇ ਸਮਾਰਕ ਵਗੈਰਾ ਉੱਥੇ ਦੇ ਹੈਗੇ ਨੇ ਜਾਂ ਵਿਰਾਸਤੀ ਉਹਨਾਂ ਦੇ ਕਿਲੇ ਕੁਲੇ ਨੇ ਉਹ ਦੇਖਣ ਵਾਸਤੇ ਜਾਂਦੇ ਹੋ, ਤਾਂ ਤੁਹਾਨੂੰ ਹਾਈ ਹੀਲ ਅਗਰ ਪਾਈ ਹੋਈ ਹੈ ਤਾਂ ਉੱਥੇ ਜੁਰਮਾਨਾ ਹੋ ਸਕਦਾ, ਤੁਹਾਨੂੰ ਤਾਂ ਉੱਥੋਂ ਬਾਹਰ ਕੱਢ ਸਕਦੇ ਨੇ। ਪੁਆਇੰਟ ਉਹਨਾਂ ਦਾ ਸਹੀ ਹੈ ਜੀ, ਹਾਈ ਹੀਲ ਨਾਲ ਕਹਿੰਦੇ ਉੱਥੇ ਸਮਾਰਕ ਜਿਹੜੇ ਇੰਨੇ ਮਹਿੰਗੇ ਬਣਾਏ ਨੇ, ਇੰਨੇ ਸੋਹਣੇ ਸੋਹਣੇ ਅਸੀਂ ਬਣਾਏ ਹੋਏ ਆ, ਅਤੇ ਉਹ ਖਰਾਬ ਹੋ ਜਾਂਦੇ ਆ। ਲਓ ਜੀ ਇੱਕ ਕੇਰਲਾ, ਭਾਰਤ ਦਾ ਕਾਨੂੰਨ ਬੜਾ ਅਜੀਬ ਜਿਹਾ ਹੈਗਾ, 2 ਤੋਂ ਜ਼ਿਆਦਾ ਬੱਚੇ ਹੋਣ 'ਤੇ ₹10,000 ਜੁਰਮਾਨਾ ਜਾਂ ਕੈਦ ਹੋ ਸਕਦੀ ਹੈ। ਇਹ ਤਾਂ ਕੇਰਲਾ ਦੇ ਵਿੱਚ ਕਹਿੰਦੇ ਹੋ ਗਿਆ, ਅਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਹੈ ਕਿ ਲੋਕ ਪੈਸੇ ਦਿੰਦੇ ਨੇ, ਜਿਹੜੇ ਹੈਗੇ ਨੇ ਸਰਕਾਰਾਂ ਪੈਸੇ ਦਿੰਦੀਆਂ ਨੇ ਵੀ ਤੁਸੀਂ ਭਾਈ ਵਿਆਹ ਕਰਾਓ ਅਤੇ ਬੱਚੇ ਪੈਦਾ ਕਰੋ। ਮੈਂ ਖਬਰ ਸਾਂਝੀ ਕੀਤੀ ਸੀ ਵੀ ਔਰਤਾਂ ਉੱਥੇ ਵਿਆਹ ਨਹੀਂ ਕਰਾਉਂਦੀਆਂ, ਨੋ ਵੂਮੈਨ ਮੈਰਿਜ, ਉਹ ਨਾਰੇ ਲਾਉਂਦੀਆਂ ਨੇ, ਮੁਜ਼ਾਹਰੇ ਕਰਦੀਆਂ ਨੇ। ਚਲੋ ਖੈਰ ਇਹ ਉੱਡਦੀਆਂ ਖਬਰਾਂ, ਰੰਗ ਬਿਰੰਗੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਗੱਲਾਂ ਬਾਤਾਂ ਹੋਰ ਵੀ ਸਾਂਝੀਆਂ ਕੀਤੀਆਂ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਚੱਲਾਂਗੇ।
ਅਤੇ ਵਿਸ਼ੇ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਵਿਸ਼ੇ ਵਿੱਚ ਅੱਜ ਵੀ ਮੇਰੇ ਵੱਲੋਂ ਤਾਂ ਕੋਸ਼ਿਸ਼ ਇਹੀ ਹੈ ਕਿ ਵਧੀਆ ਵਿਸ਼ਾ ਹੀ ਰੱਖੂੰਗਾ ਮੈਂ, ਬਾਕੀ ਤੁਹਾਨੂੰ ਚੰਗਾ ਲੱਗਦਾ ਕਿੱਦਾਂ ਦਾ ਲੱਗਦਾ ਉਹ ਬਾਅਦ ਦੀ ਗੱਲ ਆ, ਪਰ ਫਿਲਹਾਲ ਆਪਾਂ ਵਿਸ਼ੇ ਵੱਲ ਵੀ ਬਾਅਦ ਦੀ ਗੱਲ ਹੈ, ਫਿਲਹਾਲ ਬ੍ਰੇਕ ਵੱਲ ਜਾਣਾ ਪੈਣਾ। ਬ੍ਰੇਕ ਵੱਲ ਚੱਲਦੇ ਹਾਂ ਅਤੇ ਤੁਸੀਂ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਅੱਜ ਦੇ ਵਿਸ਼ੇ ਵਾਲੇ ਪਾਸੇ ਚੱਲਦੇ ਹਾਂ। ਵੈਸੇ ਪਹਿਲਾ ਸੈਗਮੈਂਟ ਵਧੀਆ ਖਬਰਾਂ ਖੁਬਰਾਂ ਦਾ ਵੀ ਵਧੀਆ ਸੀ ਅਤੇ ਬਾਬੂ ਫਿਰੋਜ਼ਦੀਨ ਸ਼ਰਫ ਸਾਹਿਬ ਦੀ ਗੱਲਬਾਤ ਵੀ ਬੜੀ ਵਧੀਆ ਸੀ, ਜਿਹੜੀ ਕਵਿਤਾ ਛੋਟੀ ਜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਮੈਨੂੰ ਮੈਸੇਜ ਆਇਆ ਫੋਨ 'ਤੇ, ਮੈਸੇਜ ਆਏ ਨੇ ਵੀ ਇਹ ਕਵਿਤਾ ਕਹਿੰਦੇ ਦੁਬਾਰਾ ਬੋਲਿਓ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਦੁਬਾਰਾ ਵੀ ਬੋਲ ਦਾਂਗੇ, ਐਡੀ ਕੋਈ ਗੱਲ ਨਹੀਂ ਹੈਗੀ, ਚੇਤੇ ਆ ਮੈਨੂੰ, ਮੈਂ ਪੜ੍ਹ ਕੇ ਨਹੀਂ ਸੀ ਬੋਲੀ। ਚਲੋ ਖੈਰ, ਜ਼ਰੂਰ ਕੋਸ਼ਿਸ਼ ਕਰਾਂਗੇ ਟਾਈਮ ਲੱਗਿਆ ਦੇ ਵਿੱਚੋਂ ਬਾਬੂ ਫਿਰੋਜ਼ਦੀਨ ਜੀ ਦੀ ਜਿਹੜੀ ਇੱਕ ਹਫ਼ਤਾ ਜ਼ਰੂਰ ਤੁਹਾਡੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਗੱਲ ਕਰੀਏ ਇਹਦੇ ਵਿਸ਼ੇ ਵਾਲੇ ਪਾਸੇ ਚੱਲੀਏ ਅਤੇ ਕੱਲ੍ਹ ਪਰਸੋਂ ਜਿਹੜਾ ਦਿੱਲੀ ਦੇ ਵਿੱਚ ਬੜੀ ਯੂਨੀਵਰਸਿਟੀਆਂ ਦੇ ਵਿੱਚ ਆਹ ਨਾਗਰਿਕਤਾ ਬਿੱਲ ਦੇ ਖਿਲਾਫ਼ ਬੜਾ ਰੋਸ ਹੈ ਲੋਕਾਂ ਦੇ ਵਿੱਚ, ਅੱਗਾਂ ਲਾਈਆਂ ਜਾ ਰਹੀਆਂ ਬਹੁਤ ਬੁਰੀ ਤਰ੍ਹਾਂ, ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਜਾ ਰਿਹਾ। ਔਰ ਸਰਕਾਰਾਂ ਇਹ ਹਮੇਸ਼ਾ ਦੀ ਤਰ੍ਹਾਂ ਕਹਿੰਦੀਆਂ ਨੇ ਕਿ ਹਾਲਾਤ ਕਾਬੂ ਹੇਠ ਨੇ, ਕੋਈ ਖਾਸ ਪ੍ਰੋਬਲਮ ਨਹੀਂ ਹੈਗੀ, ਹੁਣ ਸ਼ਾਂਤੀ ਹੈਗੀ ਹੈ, ਹੁਣ ਫਲਾਨਾ ਧਮਕਣਾ। ਚਲੋ ਆਪਾਂ ਉੱਧਰਲੇ ਪਾਸੇ ਨਹੀਂ ਜਾਂਦੇ, ਆਪਾਂ ਚੱਲਦੇ ਹੈਗੇ ਹਾਂ ਮੋਦੀ ਸਾਹਿਬ ਦਾ ਇੱਕ ਇਹਦੇ ਵਿੱਚ ਬਿਆਨ ਸੀਗਾ, ਉੱਥੋਂ ਮੈਂ ਗੱਲ ਫੜੀ ਆ ਵੀ ਉੱਥੋਂ ਗਾਂ ਦੀਆਂ ਗੱਲ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਬਿਆਨ ਸੀਗਾ ਵੀ ਜਿਹੜੇ ਖੱਪ ਕਰਨ ਵਾਲੇ ਜਿਹੜੇ ਜਾਂ ਜਿਹੜੇ ਦੰਗੇ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹ ਕੱਪੜਿਆਂ ਤੋਂ ਪਛਾਣੇ ਜਾਂਦੇ ਆ। ਮਤਲਬ ਉਹਨਾਂ ਦਾ ਇਹ ਕਹਿਣ ਦਾ ਸੀ ਵੀ ਉਹ ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਵਾਈ ਕਰਨ, ਮੋਦੀ ਸਾਹਿਬ ਇਹ ਦੱਸ ਦੇਣਗੇ ਵੀ ਉਹਨਾਂ ਦੇ ਕੱਪੜੇ ਜਿਹਨਾਂ ਲੋਕਾਂ ਦੇ ਇੱਦਾਂ ਦੇ ਕੱਪੜੇ ਪਾਏ ਹੋਣ ਨਾ ਵੀ ਉਹ ਖਤਰਨਾਕ ਹੋ ਸਕਦੇ ਆ, ਉਹ ਪੰਗੇ ਦੰਗੇ ਭੜਕਾ ਸਕਦੇ ਆ, ਉਹਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਓ। ਗੱਲ ਉਹਨਾਂ ਦੀ ਕਾਫੀ ਹੱਦ ਤੱਕ ਸਹੀ ਵੀ ਹੈ। ਚਲੋ ਆਪਾਂ ਉੱਧਰਲੇ ਪਾਸੇ ਦੰਗੇ ਵਾਲੇ ਪਾਸੇ ਨਹੀਂ ਜਾਣਾ, ਆਪਾਂ ਆਪਣੇ ਵਾਲੇ ਪਾਸੇ ਮੋੜ ਕੱਢਦੇ ਹਾਂ। ਇਹ ਗੱਲ ਉਹਨਾਂ ਦੀ ਸਹੀ ਹੈ ਕਿ ਸਰਵੇ ਵੀ ਹੋਇਆ ਸੀ ਇੱਕ, ਕਿ ਬੰਦਾ ਆਪਣੇ ਪਹਿਰਾਵੇ ਤੋਂ, ਸੁਭਾਅ ਜਿਹੜਾ ਉਹਦੇ ਪਹਿਰਾਵੇ ਤੋਂ, ਉਹਦੇ ਬੋਲਚਾਲ ਤੋਂ ਅਤੇ ਉਹਦੇ ਰੰਗ ਢੰਗ ਤੋਂ ਬੰਦੇ ਦਾ ਸੁਭਾਅ ਪਤਾ ਲੱਗ ਸਕਦਾ ਅਤੇ ਬੰਦੇ ਦਾ ਕੰਮ ਕਾਰ ਪਤਾ ਲੱਗ ਸਕਦਾ। ਲੈਂਗੁਏਜ ਕਹਿੰਦੇ ਭਾਸ਼ਾ ਇਕੱਲੀ ਆਹ ਹੀ ਨਹੀਂ ਵੀ, ਅਸੀਂ ਜਿਹੜੀ ਜ਼ੁਬਾਨ ਤੋਂ ਬੋਲਦੇ ਹਾਂ ਲੈਂਗੁਏਜ ਪੰਛੀਆਂ ਦੀ ਵੀ ਹੁੰਦੀ, ਲੈਂਗੁਏਜ ਜਾਨਵਰਾਂ ਦੀ ਵੀ ਹੁੰਦੀ ਹੈ, ਇੱਕ ਬੋਡੀ ਲੈਂਗੁਏਜ ਹੁੰਦੀ ਹੈ, ਪਤਾ ਲੱਗ ਜਾਂਦਾ ਵੀ ਉਹ ਕੀ ਚਾਹੁੰਦੇ ਨੇ। ਬੱਚਾ ਬਿਲਕੁਲ ਬੋਲਦਾ ਨਹੀਂ ਹੁੰਦਾ, ਉਹਦੀ ਵੀ ਲੈਂਗੁਏਜ ਹੁੰਦੀ ਹੈ, ਉਹਦੀ ਵੀ ਅਸੀਂ ਲੈਂਗੁਏਜ ਸਮਝਦੇ ਹਾਂ। ਅਸੀਂ ਗੱਲ ਕਰੀਏ ਜੇ ਲੈਂਗੁਏਜ ਦੀ, ਭਾਸ਼ਾ ਦੀ ਗੱਲ ਕਰੀਏ, ਬੋਲਣ ਦੀ ਗੱਲ ਕਰੀਏ, ਤਾਂ ਕਹਿੰਦੇ ਸਿਆਣੇ ਕਹਿੰਦੇ ਉਹ ਤਾਂ ਗਾਣਿਆਂ 'ਚ ਇੰਨਾ ਆਉਂਦਾ ਵੀ ਅੱਖਾਂ ਬੋਲਦੀਆਂ ਉਹਦੀਆਂ, ਹਾਂਜੀ ਬੁੱਲ ਨਹੀਂ ਤੇਰੇ ਹਿਲਦੇ, ਬਿੱਲੋ ਦੀਆਂ ਅੱਖਾਂ ਬੋਲਦੀਆਂ, ਪੰਨੀ ਵਾਲ ਹਿਲ ਬੋਲਦੇ ਨੇ, ਭਰਵੱਟੇ ਬੋਲਦੇ ਨੇ, ਹਾਂਜੀ ਪਤਾ ਨਹੀਂ ਨੱਕ ਬੋਲਦਾ। ਇਹ ਗੱਲ ਸਹੀ ਹੈ ਕਿ ਸਾਡੇ ਹਾਵ ਭਾਵ ਤੋਂ ਪਤਾ ਲੱਗਦਾ ਅਸੀਂ ਕਹਿਣਾ ਕੀ ਚਾਹੁੰਦੇ ਹਾਂ। ਨਿਆਣਾ ਗਲਤੀ ਕਰਦਾ, ਨਿੱਕੇ ਹੁੰਦੇ ਨਿਆਣਾ ਕਿਤੇ ਬੈਠਾ ਗਲਤੀ ਕਰਦਾ, ਪ੍ਰਾਹੁਣੇ ਆਏ ਹੋਏ ਆ ਅਤੇ ਮਾਂ ਜਾਂ ਨਿਆਣੇ ਦੀ ਜਾਂ ਪਿਓ ਮੂੰਹ ਥੋੜ੍ਹੀ ਬੋਲਦਾ, ਉਹਨੂੰ ਅੱਖਾਂ ਨੇ ਕਹਿਣਾ, ਬਸ ਨਿਆਣਾ ਉਹਦੀ ਸਮਝ ਜਾਂਦਾ ਲੈ ਵੀ ਕੰਮ ਖਰਾਬ ਆ। ਇਹ ਇਹ ਵੀ ਭਾਸ਼ਾ ਹੀ ਆ ਗੁੱਸੇ ਵਾਲੀ। ਅਤੇ ਅੱਖਾਂ ਕਹਿੰਦੇ ਵੀ ਅੱਖਾਂ ਤੋਂ ਪਤਾ ਲੱਗ ਜਾਂਦਾ, ਜਦੋਂ ਬੰਦਾ ਹੱਸਦਾ ਤਾਂ ਅੱਖਾਂ ਦੱਸ ਦਿੰਦੀਆਂ, ਦੁਖੀ ਹੁੰਦਾ ਅੰਦਰੋਂ ਤਾਂ ਬੰਦਾ ਅੱਖਾਂ ਦੱਸ ਦਿੰਦੀਆਂ, ਯਾਨੀ ਕਿ ਸਰੀਰ ਦੇ ਬੋਡੀ ਲੈਂਗੁਏਜ ਜਿਹੜੀ ਅਸੀਂ ਕਹਿ ਦਿੰਦੇ ਹਾਂ ਉਹ ਤੋਂ ਸਾਰਾ ਕੁਛ ਪਤਾ ਲੱਗਦਾ, ਇਹਦੇ 'ਚ ਕੋਈ ਸ਼ੱਕ ਜਿਹੜਾ ਉਹ ਨਹੀਂ ਹੈਗਾ। ਅੱਖਾਂ ਵੀ ਦੇਖੋ, ਆਂਸੂ ਅੱਖਾਂ ਦੇ ਵਿੱਚ ਆਉਂਦੇ, ਉਹ ਵੀ ਪਾਣੀ ਉਹੀ ਹੁੰਦਾ, ਉਹ ਵੀ ਹੁੰਦਾ, ਪਰ ਪਤਾ ਲੱਗ ਜਾਂਦਾ ਵੀ ਇਹ ਕਿਹੜੇ ਖੁਸ਼ੀ ਦੇ ਨੇ ਅਤੇ ਕਿਹੜੇ ਦੁੱਖ ਦੇ ਆਂਸੂ ਨੇ। ਦੁੱਖ ਦੇ ਆਂਸੂ ਹੁੰਦੇ ਉਹਨਾਂ ਦਾ ਸਾਫ਼ ਪਤਾ ਲੱਗਦਾ ਬੋਡੀ ਦੀ ਲੈਂਗੁਏਜ ਤੋਂ, ਬੋਡੀ ਆਪ ਆਪ ਪਤਾ ਲੱਗਦਾ ਵੀ ਇਹ ਦੁਖੀ ਹੈ ਬੰਦਾ। ਅਤੇ ਖੁਸ਼ੀ ਵਾਲੇ ਆਂਸੂ ਜਿਵੇਂ ਹੁਣ ਕੋਈ ਮਿਸ ਪੰਜਾਬਣ ਬਣਦੀ, ਹੁਣ ਮਿਸ ਯੂਨੀਵਰਸਿਟੀ ਬਣੀ ਜਿਹੜੀ ਬਣੀ ਹੈ ਕੋਈ, ਤਾਂ ਉਹ ਜਦੋਂ ਉਹਦੇ ਵੀ ਆਂਸੂ ਹੁੰਦੇ, ਜਦੋਂ ਐਂ ਮੂੰਹ ਕਰਕੇ ਉਹ ਵੀ ਆਂਸੂ ਹੁੰਦੇ, ਉਹ ਪਤਾ ਲੱਗਦਾ ਵੀ ਇਹ ਖੁਸ਼ੀ ਦੇ ਆਂਸੂ ਆ, ਇਹ ਬਣੀ ਹੋਈ ਹੈ ਮਿਸ ਜਿਹੜੀ ਯੂਨੀਵਰਸਿਟੀ, ਤਾਂ ਇਹਦੇ ਆਂਸੂ ਹੈਗੇ ਨੇ। ਅੱਖਾਂ ਜਦੋਂ ਅਸੀਂ ਸਕੂਲ ਦੇ ਵਿੱਚ ਹੁੰਦੇ ਸੀ ਉਦੋਂ ਵੀ ਇੱਕ ਪਤਾ ਹੁੰਦਾ ਸੀ ਅੱਖਾਂ ਨਾਲ ਡਰਾਉਣਾ ਕਿਸੇ ਨੂੰ, ਜਾਂ ਫਿਰ ਸਭ ਤੋਂ ਖਤਰਨਾਕ ਲੈਂਗੁਏਜ ਜਿਹੜੀ ਹੁੰਦੀ ਸੀ ਨਿੱਕੇ ਹੁੰਦੇ ਸਕੂਲ ਦੇ ਵਿੱਚ, ਪੰਗੇ ਪਾਉਣੇ ਲੈਂਗੁਏਜ, ਉਹ ਇਹ ਹੁੰਦੀ ਸੀ ਕਿਸੇ ਨਿਆਣੇ ਨੂੰ ਐਂ ਜਗਰ ਕਹਿ ਕੇ ਭੱਜਣਾ ਇੱਦਾਂ ਕਰਕੇ, ਅਤੇ ਇਹ ਵੀ ਲੈਂਗੁਏਜ ਇਹ ਹੁੰਦੀ ਸੀ, ਚੜਾਉਂਦਾ ਮੈਨੂੰ, ਖਿਜਾਉਂਦਾ ਮੈਨੂੰ। ਅਤੇ ਵਾਕਈ ਸਿਆਣੇ ਕਹਿੰਦੇ ਵੀ ਜਦੋਂ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਬੰਦੇ ਨੂੰ, ਹੁਣ ਜੇ ਬੈਠਾ ਹੋਰ ਹਾਵ ਭਾਵ ਤੋਂ ਪਤਾ ਲੱਗਦਾ ਵੀ ਇਹ ਕਰਕੇ ਕੀ ਇਹਦਾ ਕੀ ਹੋਇਆ, ਕੀ ਇਹਨੂੰ ਹੋਇਆ, ਹੁਣ ਚਾਰ ਪਰੌਂਠੇ ਖਾਧੇ, ਹੁਣ ਬੰਦੇ ਨੇ ਨਾਲ ਦਹੀਂ ਇੰਨਾ ਖਾਧਾ ਵੀ ਲੱਸੀ ਲੁੱਸੀ ਪੀਤੀ ਹੋਵੇ, ਅਤੇ ਉਹ ਸਰੀਰ ਦੇ ਬੈਠਣ ਤੋਂ ਪਤਾ ਲੱਗਦਾ ਵੀ ਇਹਨੂੰ ਹੁਣ ਸੁਸਤੀ ਪਈ ਆ, ਇਹ ਹੁਣ ਡਿੱਗੂਗਾ, ਇਹ ਹੁਣ ਜ਼ਿਆਦਾ ਖਾ ਬੈਠਾ। ਥੱਕਿਆ ਹੋਵੇ ਬੰਦਾ ਤਾਂ ਸਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ, ਐਕਟਿਵ ਹੋਵੇ ਬੰਦਾ, ਜਿਹੜਾ ਐਕਟਿਵ ਤਾਂ ਕੋਈ ਬੰਦਾ ਸਾਨੂੰ ਟੱਕਰਿਆ ਪੂਰਾ ਐਕਟਿਵ ਹੈ,
ਤਾਂ ਉਹ ਲੱਗਦਾ ਵੀ ਇਹ ਜਾਂ ਤਾਂ ਜਿਮ ਵਗੈਰਾ ਤੋਂ ਆਇਆ ਜਾਂ ਪੂਰਾ ਐਕਟਿਵ ਲੱਗਦਾ, ਪਤਾ ਲੱਗਦਾ ਸਾਰਾ ਸਾਫ਼ ਖੁਸ਼ ਹੈ ਬੰਦਾ। ਹਜੇ ਕਿਸੇ ਕੋਟ ਪੈਂਟ ਪਾਏ ਵਾਲੇ ਬੰਦੇ ਨੂੰ ਪੁੱਛ ਲਓ, ਕੋਟ ਪੈਂਟ ਪਾਇਆ ਟਾਈਟ ਅਤੇ ਐਨ ਪੂਰੇ ਟਾਈਟ ਲਾਈ ਅਤੇ ਐਕਟਿਵ ਪੂਰਾ ਲੱਗਦਾ, ਜਿਵੇਂ ਆਉਂਦੇ ਨੇ ਆਪਣੇ ਸਾਰੇ ਲੀਡਰ ਆਉਂਦੇ ਨੇ, ਟਰੂਡੋ ਸਾਹਿਬ ਆਉਂਦੇ ਨੇ, ਐਕਟਿਵ ਪੂਰੇ ਪਤਾ ਲੱਗਦਾ। ਤਾਂ ਇਹੋ ਜਿਹੇ ਬੰਦੇ ਨੂੰ ਪੁੱਛ ਲਓ ਵੀ ਹੋਰ ਭਾਅ ਜੀ ਕੀ ਹਾਲ ਚਾਲ ਹੈ, ਕਹਿੰਦਾ ਜੀ ਵੈਰੀ ਨਾਈਸ, ਵੱਡਾ ਮੁੰਡਾ ਪਾਸ ਹੋ ਗਿਆ, ਬੇਟੀ ਜਿਹੜੀ ਆ ਉਹ ਫਸਟ ਆਈ ਸਕੂਲ ਦੇ ਵਿੱਚੋਂ, ਵੈਰੀ ਨਾਈਸ। ਤੂੰ ਇੱਦਾਂ ਹੀ ਕਹਿੰਦੇ ਕਿਸੇ ਕੁੜਤੇ ਚਾਦਰੇ ਵਾਲੇ ਨੂੰ ਪੁੱਛ ਲਓ, ਕੋਈ ਕੁੜਤੇ ਚਾਦਰੇ ਵਾਲਾ ਸ਼ਹਿਰ 'ਚ ਘੁੰਮਦਾ ਦੋਸਤ ਮਿੱਤਰ ਮਿਲ ਗਿਆ, ਉਹਨੂੰ ਪੁੱਛ ਲਓ ਵੀ ਹੋਰ ਕੀ ਹਾਲ ਚਾਲ ਆ ਬਾਈ ਜੀ। ਬਾਈ ਜੀ ਬਹੁਤ ਵਧੀਆ, ਵੱਡਾ ਮੁੰਡਾ ਤਾਂ ਫੇਲ ਹੋ ਗਿਆ, ਛੋਟਾ ਸਕੂਲੋਂ ਵੱਜ ਗਿਆ। ਐਂ ਕਹਿੰਦੇ ਪਤਾ ਲੱਗ ਜਾਂਦਾ ਬੰਦਾ ਜਿਹੋ ਜਿਹੇ ਹੈਗਾ, ਕਿਹੋ ਜਿਹੇ ਕੰਮ ਕਾਰ ਕਰਦਾ। ਸੋ ਇਹ ਚੀਜ਼ ਦਾ ਤੁਹਾਡਾ ਕਿੰਨਾ ਕੁ ਤਜ਼ਰਬਾ ਰਿਹਾ, ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਦਾ ਕਿੰਨਾ ਕੁ ਤਜ਼ਰਬਾ ਰਿਹਾ, ਕਿੰਨਾ ਕੁ ਕੱਪੜਿਆਂ ਤੋਂ ਜੱਜਮੈਂਟ ਹੋ ਜਾਂਦੀ। ਹੁਣ ਪਹਿਲਾਂ ਹਾਲਾਂਕਿ ਕੱਪੜੇ ਪਾਉਂਦੇ ਹੀ ਕੁੜਤੇ ਪਜਾਮੇ ਸੀ ਉਦੋਂ, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਬੰਦੇ ਸਿਆਣੇ ਨਹੀਂ ਸੀਗੇ, ਬਹੁਤ ਸਿਆਣੇ ਸੀ ਸਮੇਂ ਦੇ ਨਾਲ। ਜਾਂ ਇਹ ਚੀਜ਼ਾਂ ਹੁਣ ਜੇ ਸ਼ੁਰੂ ਹੋਈਆਂ, ਹੁਣ ਪਤਾ ਲੱਗਣ ਲੱਗਿਆ, ਜਾਂ ਤਾਂ ਕਈ ਇੰਨੇ ਸੋਹਣੇ ਕੱਪੜੇ ਪਾਏ ਹੁੰਦੇ ਬੰਦੇ ਨੇ, ਇੰਨਾ ਜੱਚਦਾ ਹੁੰਦਾ ਬੰਦਾ, ਇਉਂ ਲੱਗਦਾ ਵੀ ਇਹ ਮੂੰਹ ਖੋਲੂਗਾ ਤਾਂ ਹੁਣ ਫੁੱਲ ਕਰਨਗੇ, ਅਤੇ ਪਰ ਉਹ ਜਦੋਂ ਮੂੰਹ ਖੋਲਦਾ ਤਾਂ ਉਦੋਂ ਫਿਰ ਇਹ ਕਹਿਣਾ ਪੈਂਦਾ ਵੀ ਮੁਰਦਾ ਬੋਲੂ ਅਤੇ ਕੱਫਣ ਪਾੜੂ। ਪਰ ਇਹ ਬੋਡੀ ਲੈਂਗੁਏਜ ਇੱਕ ਐਸੀ ਲੈਂਗੁਏਜ ਹੈ ਜਿਹਦੇ ਨਾਲ ਸਾਨੂੰ ਬੜਾ ਕੁਛ ਪਤਾ ਲੱਗਦਾ ਦੂਜੇ ਦਾ, ਅਸੀਂ ਦੂਜੇ ਨੂੰ ਬੜਾ ਕੁਛ ਸਮਝਾ ਸਕਦੇ ਹਾਂ। ਬਾਹਲੇ ਨਿਆਣੇ ਜਿਹੜੇ ਹੁੰਦੇ ਸਕੂਲਾਂ ਵਿੱਚ ਸ਼ਰਾਰਤੀ, ਉਹ ਬੋਡੀ ਲੈਂਗੁਏਜ ਦੇ ਨਾਲ ਹੀ ਦੱਸਦੇ ਹੁੰਦੇ ਸੀ ਵੀ ਇਸ ਸਵਾਲ ਦਾ ਕੀ ਜਵਾਬ ਆ, ਏ ਹੈ, ਬੀ ਹੈ ਕਿ ਸੀ ਹੈ ਕਿ ਡੀ ਹੈ, ਐਂ ਕਰਿਆ ਤਾਂ ਉਹਨੂੰ ਕਹਿਣਾ ਵੀ ਐਂ ਕਰਿਆ ਤਾਂ ਏ ਆ, ਸੱਜਾ ਮੋਢਾ ਹਿਲਾਇਆ ਤਾਂ ਬੀ ਹੈ, ਅਤੇ ਫਲਾਨਾ ਐਂ ਕਰਿਆ ਤਾਂ ਸੀ ਹੈ, ਜਾਂ ਫਲਾਨਾ ਐਂ ਕਰਿਆ ਤਾਂ ਡੀ ਹੈ। ਸੋ ਇਹ ਨਿਆਣੇ ਸਾਡੇ ਐਂ ਵੀ ਕਰਦੇ ਸੀ, ਬੋਡੀ ਲੈਂਗੁਏਜ ਤੋਂ ਸਾਰਾ ਕੁਝ ਦੱਸਦੇ ਹੁੰਦੇ ਸੀ। ਪਰ ਅਸਲ ਦੇ ਵਿੱਚ ਜਿਵੇਂ ਮੋਦੀ ਸਾਹਿਬ ਨੇ ਕਿਹਾ ਕਿ ਕੱਪੜਿਆਂ ਤੋਂ ਬੰਦਾ ਪਛਾਣਿਆ ਜਾਂਦਾ, ਤੁਹਾਡਾ ਇਹਦੇ ਬਾਰੇ ਕੀ ਤਜ਼ਰਬਾ ਰਿਹਾ, ਤੁਸੀਂ ਇਹਦੇ ਬਾਰੇ ਕਿੰਨਾ ਕੁ ਵਿਚਰੇ ਹੋ, ਵਰਤੇ ਹੋ, ਜਾਂ ਕਿਵੇਂ ਕਦੇ ਤਜ਼ਰਬਾ ਤੁਹਾਡਾ ਗਲਤ ਵੀ ਨਿਕਲਿਆ ਹੋ ਸਕਦਾ ਬੋਡੀ ਲੈਂਗੁਏਜ ਤੋਂ ਜਾਂ ਕੱਪੜਿਆਂ ਤੋਂ, ਬੰਦਾ ਨਹੀਂ ਵੀ ਜ਼ਰੂਰੀ ਨਹੀਂ ਕਿ ਪਛਾਣ ਹੋਵੇ, ਕਈ ਵਾਰ ਨਹੀਂ ਵੀ ਪਛਾਣ ਹੁੰਦਾ। ਪਰ ਜੇ ਅਸੀਂ ਲੈਂਗੁਏਜ ਦੀ ਗੱਲ ਕਰੀਏ ਤਾਂ ਇਕੱਲੀ ਭਾਸ਼ਾ, ਜਿਵੇਂ ਭਾਸ਼ਾਵਾਂ ਬਹੁਤ ਸਾਰੀਆਂ ਨੇ, ਇੱਕ ਹਰ ਤਰ੍ਹਾਂ ਦੀ ਭਾਸ਼ਾ ਹੈਗੀ ਹੈ, ਪੰਜਾਬ ਦੀ ਗੱਲ ਕਰੀਏ ਤਾਂ 30 ਕਿਲੋਮੀਟਰ ਬਾਅਦ ਜਿਹੜੀ ਭਾਸ਼ਾ ਬਦਲ ਜਾਂਦੀ, ਸਾਡੀ ਪੰਜਾਬੀ ਉਹ ਹੀ ਬਦਲ ਜਾਂਦੀ ਹੈ, ਪੰਜਾਬੀ ਦਾ ਰੰਗ ਹੀ ਬਦਲ ਜਾਂਦਾ, ਗੱਲਬਾਤ ਕਰਨ ਦਾ ਤਰੀਕਾ ਬਦਲ ਜਾਂਦਾ, ਉੱਦਾਂ ਜਿਵੇਂ ਜਿਵੇਂ ਪਾਕਿਸਤਾਨ ਵੱਲ ਨੂੰ ਤੁਰੇ ਜਾਂਦੇ ਤਾਂ ਉਦੋਂ ਹੋਰ ਵੀ ਪੰਜਾਬੀ ਬਦਲੀ ਜਾਂਦੀ ਹੈ। ਅਤੇ ਇਹ ਜਿਹੜੀ ਪੰਜਾਬੀ ਹੈਗੀ ਇਹ ਤਾਂ ਬਦਲੀ ਜਾਂਦੀ, ਇਹਨਾਂ ਭਾਸ਼ਾਵਾਂ ਦੇ ਨਾਲ ਜਿਹੜੀ ਅਸੀਂ ਬੋਡੀ ਲੈਂਗੁਏਜ ਦੀ ਗੱਲ ਕਰਦੇ, ਸਾਡੀ ਸਰੀਰਕ ਭਾਸ਼ਾ ਹੈਗੀ ਆ ਜਾਂ ਸਾਡੇ ਜਾਨਵਰਾਂ ਦੀ ਭਾਸ਼ਾ ਹੈਗੀ ਆ, ਕਦੇ ਐਂ ਲੱਗਿਆ ਹੋਵੇ, ਕਈ ਵਾਰੀ ਕਹਿ ਦਿੰਦੇ ਨਾ ਵੀ ਇਹ ਕੋਈ ਵੀ ਪੰਛੀ ਪੁੱਛੀ ਬੈਠਾ ਹੋਵੇ, ਜਾਂ ਪਤਾ ਲੱਗਦਾ ਵੀ ਜਦੋਂ ਬੋਲਦਾ ਵੀ ਇਹ ਐਂ ਲੱਗਦਾ ਵੀ ਜਿਵੇਂ ਆਪਾਂ ਸਿਆਣੀਆਂ ਬੀਬੀਆਂ ਕਹਿ ਦਿੰਦੀਆਂ ਸਹਿਜ ਸੁਭਾਈ ਵੀ ਇਹ ਭੁੱਖਾ ਲੱਗਦਾ ਵੀ ਇਹਨੂੰ ਪਾ ਦਿਓ ਕੁਛ। ਕੁੱਤਾ ਜਦੋਂ ਘਰ ਦੇ ਮੂਹਰੇ ਆ ਕੇ ਆਕੜਦਾ ਉਦੋਂ ਕਹਿ ਦਿੰਦੇ ਵੈਸੇ ਪ੍ਰਾਹੁਣਾ ਆਊਗਾ ਵੀ ਕੁੱਤਾ ਆਕੜਦਾ, ਪ੍ਰਾਹੁਣਾ ਆਊਗਾ, ਪਰ ਜਦੋਂ ਕੁੱਤਾ ਆਕੜਦਾ ਜੇ ਪੋਸ ਜੀ ਲਾਉਂਦਾ ਤਾਂ ਉਦੋਂ ਪਤਾ ਲੱਗਦਾ ਸੀ ਉਹਦੀ ਬੋਡੀ ਲੈਂਗੁਏਜ ਤਾਂ। ਪਿੰਡਾਂ ਦੇ ਵਿੱਚ ਅਗਰ ਗੱਲ ਕਰੀਏ, ਹੁਣ ਸ਼ਹਿਰੀ ਜਿਹੜੇ ਪੜ੍ਹੇ ਲਿਖੇ ਕੁੱਤੇ ਉਹਨਾਂ ਦੀ ਗੱਲ ਨਹੀਂ ਕਰਦੇ, ਪਹਿਲਾਂ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਜ਼ਰੂਰ ਸਮਝ ਆ ਜਾਂਦੇ ਸੀ ਘਰ ਦੇ ਜਿਹੜੇ ਜੀ ਹੁੰਦੇ ਸੀਗੇ ਵੀ ਹੁਣ ਰੋਟੀ ਦਾ ਟਾਈਮ ਆ ਗਿਆ, ਅਤੇ ਇਹ ਵੀ ਇਸ ਕਰਕੇ ਆਇਆ, ਇਸ ਕਰਕੇ ਆਕੜਦਾ ਕਿ ਇਹਨੂੰ ਹੁਣ ਰੋਟੀ ਪਾ ਦਿਓ। ਬੋਡੀ ਲੈਂਗੁਏਜ ਕੀ ਇਸ ਤਰ੍ਹਾਂ ਕੱਪੜਿਆਂ ਦਾ, ਕੱਪੜਿਆਂ ਤੋਂ ਬੰਦੇ ਦਾ ਪਤਾ ਲੱਗ ਜਾਂਦਾ, ਬੰਦੇ ਦੇ ਕੰਮ ਕਾਰ ਦਾ ਪਤਾ ਲੱਗ ਜਾਂਦਾ ਕਿ ਨਹੀਂ ਲੱਗਦਾ, ਇਹਦੇ ਬਾਰੇ ਤੁਹਾਡੇ ਜਿਹੜੇ ਕੀ ਵਿਚਾਰ ਨੇ ਉਹ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ। ਕੱਲ੍ਹਾਂ ਦਾ ਸਿਲਸਿਲਾ ਅੱਜ ਮੇਰੇ ਖਿਆਲ ਲਗਭਗ 4 ਦਿਨ ਤੋਂ ਉੱਦਾਂ ਹੀ ਹੋ ਗਏ, ਵੀਰ ਸ਼ੁੱਕਰ ਸ਼ਨੀ ਹੈ ਤਾਂ 5 ਦਿਨ ਹੋ ਗਏ, 5 ਦਿਨ ਬਾਅਦ ਕੱਲ੍ਹਾਂ ਦਾ ਸਿਲਸਿਲਾ ਲੈ ਹੋਣਾ। ਉੱਧਰੋਂ ਮੁੱਦਾ ਵੀ ਤਕਰੀਬਨ ਬਾਹਰੋਂ ਹੀ ਚੱਲਦਾ ਸੀਗਾ, ਅੱਜ ਸਟੂਡੀਓ 'ਚੋਂ ਹੋਇਆ ਮੁੱਦਾ ਵੀ ਅੱਜ ਦਾ ਜਿਹੜਾ ਹੋਇਆ, ਅਤੇ ਅੱਜ ਪ੍ਰੋਗਰਾਮ ਜਿਹੜਾ ਅੱਜ ਇੱਥੋਂ ਕਾਫੀ ਦੇਰ ਬਾਅਦ ਉਹ ਵੀ ਕਈ ਦਿਨਾਂ ਬਾਅਦ ਇੱਥੋਂ ਕੀਤਾ, ਸੋ ਅੱਜ ਕੱਲ੍ਹਾਂ ਦਾ ਸਿਲਸਿਲਾ ਜਿਹੜੇ ਗੱਲਾਂ ਬਾਤਾਂ ਆਪਾਂ ਕਰਨੀਆਂ ਉਹ ਇਹ ਕਰਨੀਆਂ ਕਿ ਕੀ ਵਾਕਿਆ ਹੀ ਸੱਚ ਆ, ਜਾਂ ਕੱਪੜਿਆਂ ਦੇ ਵਿੱਚ ਜਿਹੜੇ ਬੰਦੇ ਨੇ ਉਹ ਸੱਚਾਈ ਲਿਖਾ ਲੈਂਦੇ ਨੇ, ਇਹ ਵੀ ਹੋ ਸਕਦਾ ਨਾ, ਬਾਹਰੋਂ ਹੋਰ ਅਤੇ ਅੰਦਰੋਂ ਹੋਰ। ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੈਗੇ, ਮੂੰਹ ਮੈਂ ਰਾਮ ਰਾਮ ਬਗਲ ਮੇਂ ਸ਼ੁਰੂ ਵਾਲੇ, ਵੀ ਕੱਪੜੇ ਬਹੁਤ ਵਧੀਆ ਪਾਏ ਹੋਣਗੇ ਜਾਂ ਕੱਪੜੇ ਬਹੁਤ ਮਾੜੇ ਪਾਏ ਹੋਣਗੇ। ਮੈਂ ਇੱਕ ਦੋ ਐਸੇ ਬੰਦਿਆਂ ਨੂੰ ਵੀ ਜਾਣਦਾ, ਅਤੇ ਜਦੋਂ ਕਿਤੇ ਉਹ ਪੰਜਾਬ ਦੀਆਂ ਸੱਚੀਆਂ ਗੱਲਾਂ ਨੇ, ਪੰਜਾਬ ਦੀਆਂ, ਵੈਸੇ ਤਾਂ ਵੀਡੀਓ ਦੇਖੋ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹੀ ਹੈਗੀ, ਬੰਦਾ ਜਾਂਦਾ ਕਾਰ ਦੀ ਏਜੰਸੀ ਦੇ ਵਿੱਚ, ਬਹੁਤ ਵੱਡੀ ਏਜੰਸੀ ਆ, ਮਹਿੰਗੀਆਂ ਕਾਰਾਂ ਨੇ, ਸਭ ਤੋਂ ਮਹਿੰਗੀਆਂ ਕਾਰਾਂ ਉੱਥੇ ਨੇ, ਅਤੇ ਉਹ ਬੰਦੇ ਨੂੰ ਬਾਹਰੋਂ ਕਹਿੰਦੇ ਵੀ ਗੇਟ ਤੋਂ ਮੁੜ ਜਾ, ਤੂੰ ਕੋਈ ਕਾਰ ਲੈਣ ਵਾਲੀ ਤੇਰੀ ਸ਼ਕਲ ਹੈਗੀ, ਤੂੰ ਜਾ ਕੇ ਸਾਈਕਲ ਸੂਕਲ ਲੈ, ਅਤੇ ਉਹ ਬੰਦਾ ਬੋਰੀ ਹੀ ਖੋਲਦਾ ਫਿਰ ਨੋਟਾਂ ਦੀ, ਅਤੇ ਸਿੱਧਾ ਹੀ ਉਹਦੇ ਕੱਪੜਿਆਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਵੀ ਉਹ ਗਰੀਬ ਹੋਊਗਾ। ਪੰਜਾਬ ਦੇ ਵਿੱਚ ਵੀ 1-2 ਕੇਸ ਇਹੋ ਜਿਹੇ, ਕੋਈ ਕਾਰ ਲੈਣ ਗਿਆ, ਪੁੱਛੇ ਹੀ ਨਾ ਉਹਨੂੰ, ਬੰਦੇ ਨੂੰ ਪੁੱਛੇ ਹੀ ਨਾ ਵੀ ਇਹ ਤਾਂ ਭਿਖਾਰੀ ਜਿਹਾ ਲੱਗਦਾ, ਇਹਨੇ ਕਾਰ ਕੀ ਲੈਣੀ ਆ। ਅਤੇ ਅਖੀਰ ਜਦੋਂ ਉਹ ਵੀ ਇੱਦਾਂ ਨੋਟਾਂ ਦੀ ਬੋਰੀ ਜੀ ਕੱਢ ਲਿਆ, ਅੰਦਰੋਂ ਵਾਹਵਾ ਥੈਲੇ 2-3 ਭਰੇ ਹੋਏ, ਅਤੇ ਸਾਰੇ ਉਹਦੇ ਮਗਰ ਮਗਰ ਫਿਰਨ, ਉਹ ਨਹੀਂ ਨਹੀਂ ਯਾਰ ਗਲਤੀ ਹੋ ਗਈ, ਗਲਤੀ ਹੋ ਗਈ, ਗਲਤੀ ਹੋ ਗਈ। ਸੋ ਇਹ ਆਪਾਂ ਰਲਮਾ ਮਿਲਮਾ ਪ੍ਰੋਗਰਾਮ ਜਿਹੜਾ ਅੱਜ ਕਰਨਾ, ਤੁਹਾਡਾ ਇਹਦੇ ਬਾਰੇ ਕੀ ਤਜਰਬਾ, ਕੀ ਕੋਈ ਜਾਣਕਾਰੀ ਹੈ, ਕੀ ਤੁਸੀਂ ਸ਼ੁਗਲ ਮੇਲੇ 'ਚ ਕੋਈ ਗੱਲ ਕਰ
ਤਾਂ ਉਹ ਆਪਾਂ ਜ਼ਰੂਰ ਜਿਹੜਾ ਸਾਂਝਾ ਕਰ ਸਕਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰਾਂਗੇ ਅਤੇ ਕਾਲਾਂ ਦੇ ਵਿੱਚ ਹਮੇਸ਼ਾ ਆਪਾਂ ਗੱਲਾਂ ਪਤਾ ਕਰੀ ਦੀਆਂ ਅਤੇ ਅੱਜ ਵੀ ਗੱਲਾਂ ਪਤਾ ਹੀ ਕਰਨੀਆਂ। ਸੋ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਹਾਜ਼ਰ ਆ ਬ੍ਰੇਕ ਤੋਂ ਬਾਅਦ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਨੇ ਤੁਹਾਡੇ, ਕੀ ਕਹਿਣਾ ਸੁਣਨਾ ਚਾਹੁੰਦੇ ਹੋ ਤੁਸੀਂ? ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਧਿਆਨ ਫੋਨ ਵੱਲ ਨਹੀਂ ਹੈ ਜੀ, ਕਿਉਂਕਿ ਟੀ ਵੀ 'ਤੇ ਅਜੇ ਮਸ਼ਹੂਰੀਆਂ ਚੱਲੀ ਜਾਂਦੀਆਂ ਹੋਣੀਆਂ। ਹੈਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੌਣ ਸਾਹਿਬ ਬੋਲ ਰਹੇ ਜੀ? ਮੈਂ ਪਾਲ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਜੀ ਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਤੁਹਾਡੇ ਬਲਦੇਵ ਸਿੰਘ ਜੀ ਜੋਲ ਸਾਹਿਬ ਜਿਹੜੇ ਹੈਗੇ ਸਨ ਤੁਹਾਡੇ ਮਿੱਤਰ, ਤੇ ਮੈਂ ਉਹਨਾਂ ਦਾ ਚੇਲਾ ਵਾਂ ਐਲੇ ਤੋਂ। ਹਾਂਜੀ ਹਾਂਜੀ ਹਾਂਜੀ, ਨਹੀਂ ਉਹ ਬਹੁਤ ਮਾੜੀ ਗੱਲ ਹੋਈ, ਅਸੀਂ ਉਸ ਦਿਨ ਉੱਥੇ ਹੀ ਸੀਗੇ ਅਸੀਂ। ਹਾਂਜੀ ਬਿਲਕੁਲ, ਚਲੋ ਚਲੋ। ਤੇ ਜਿਹੜਾ ਹੁਣ ਅੱਜ ਸਾਡੇ ਜੱਗੀ ਜੀ ਵੀਰ ਜੀ ਨੇ ਜੀ ਅੱਜ ਟਾਈ ਨਹੀਂ ਪਾਈ ਹੋਈ ਤੇ ਜੱਗੀ ਜੀ ਬਦਲ ਗਏ। ਟਾਈ ਤਾਂ ਕਦੇ ਵੈਸੇ ਪਾ ਪੁਲੇ ਦੀ ਜੀ, ਵੈਸੇ ਬੜਾ ਨਹੀਂ ਹੈਗਾ। ਚਲੋ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ? ਕੱਪੜੇ ਤੇ ਹੈ ਜੀ, ਇਹ ਬ੍ਰਿਟਿਸ਼ਰਸ ਜਿਹੜੇ ਸਨ ਨਾ, ਹਾਂਜੀ ਇਹ ਸਾਨੂੰ ਉਹਦੇ ਰੂਲ ਕਰਨ ਵਾਸਤੇ ਕੁਛ ਸਾਨੂੰ ਉਹ ਬੇਵਕੂਫ ਬਣਾਉਣ ਵਾਸਤੇ ਦੇ ਗਏ ਜੀ, ਜਿਹਨੇ ਟਾਈ ਪਾਈ ਹੋਈ ਹੈ, ਸੂਟਡ ਬੂਟਡ ਹੈ, ਪੜ੍ਹਿਆ ਲਿਖਿਆ, ਇਹਦਾ ਮਤਲਬ ਉਹ ਬੜਾ ਨਾ, ਉਹ ਬੜਾ ਮਾਨ ਹੈ। ਤੇ ਜਿਹਨੇ ਉਹਦੇ ਚ ਕਰਕੇ ਨਾ ਕੁਝ ਨੀ, ਜੇ ਕੱਪੜੇ ਆਮ ਆਦਮੀ ਹੋਵੇ ਤੇ ਉਹਨੂੰ ਪਹਿਲੇ। ਹਾਂ, ਤੇ ਹੁਣ ਇਸੇ ਕਰਕੇ ਜਿਹੜਾ ਹੈਗਾ ਨਾ, ਤੁਸੀਂ ਹੁਣੇ ਬਿਊਟੀ ਕੁਈਨ ਦੀ ਗੱਲ ਕੀਤੀ, ਉਹਨਾਂ ਕਿਹਾ ਜੀ ਬਿਊਟੀ ਵਿਦ ਬ੍ਰੇਨ। ਵਾਹ, ਤੇ ਇਸ ਕਰਕੇ ਜਦੋਂ ਹੁਣ ਬ੍ਰੇਨ ਵੀ ਆ ਗਿਆ, ਹੁਣ ਜੱਗੀ ਜੀ ਨੇ ਟਾਈ ਨਾ ਪਾਈ ਹੋਵੇ, ਕੁੜਤੇ ਪਜਾਮੇ ਚ ਵੀ ਆ ਜਾਏਗੇ, ਇਹਨਾਂ ਵਿੱਚ ਜਲਵੇ ਵੀ ਤੇ ਹੈਗੇ ਨੇ ਤੇ ਬਿਊਟੀ ਵੀ ਹੈਗੀ ਹੈ, ਸਾਰਾ ਕੁਝ ਬ੍ਰੇਨ ਹੈਗਾ ਨਾ, ਬ੍ਰੇਨ ਤੇ ਚੇਂਜ ਨਹੀਂ ਨਾ ਹੋਇਆ। ਤੇ ਇਸ ਕਰਕੇ ਨਾ ਜਿਹੜਾ ਬ੍ਰਿਟਿਸ਼ਰਸ ਨੇ ਕੀਤਾ ਸੀਗਾ, ਉਹ ਅਮੈਰੀਕਨਸ ਔਰ ਰਸ਼ੀਅਨਸ, ਉਹਨਾਂ ਵਿੱਚ ਉਹਨਾਂ ਦੇ ਉਹ ਹਿਸਾਬ ਕੁਝ ਵੱਖਰਾ ਸੀ। ਜੀ ਜੀ, ਤੇ ਮੋਦੀ ਜੀ ਦੀ ਗੱਲ ਕਰੀਏ, ਜੇ ਤੁਸੀਂ ਗੱਲ ਕੀਤੀ ਹੈ, ਮੋਦੀ ਸਾਹਿਬ ਜਦੋਂ ਤੇ ਚੀਫ ਮਿਨਿਸਟਰ ਸਨ, ਜੋ ਕੁਝ ਕਾਰਾ ਕੀਤਾ ਸੀ ਉਹਨਾਂ ਨੇ, ਅਮਰੀਕਾ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ। ਹਾਂਜੀ, ਉਦੋਂ ਠੀਕ ਹੈ। ਹਾਂ, ਤੇ ਜਦੋਂ ਪ੍ਰਾਈਮ ਮਿਨਿਸਟਰ ਬਣ ਗਏ ਤੇ ਬੱਲੇ ਬੱਲੇ ਆ। ਬਿਲਕੁਲ ਜੀ ਬਿਲਕੁਲ, ਤੇ ਕੁਰਸੀ ਤੇ ਪੈਸਾ ਪੈਸਾ ਤੇ ਗਰੀਬ, ਹਾਂ ਤੇ ਗਰੀਬ ਕੀ ਜੋਰੂ ਸਭ ਕੀ ਭਾਬੀ, ਤੇ ਅਫਸਰ ਦੀ ਜਿਹੜੀ ਜੋਰੂ ਉਹ ਹਰ ਇੱਕ ਦੀ ਭੈਣ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਗੱਲਾਂ ਬਿਲਕੁਲ ਸਹੀ ਨੇ, ਕਾਲਾਂ ਧੜਤੜ ਆ ਰਹੀਆਂ ਨੇ, ਮੈਂ ਨਾਲ ਹੋਲਡ ਕਰਦਾ ਜਾਵਾਂ। ਹੈਲੋ 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 ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਸਿੰਘ ਜੀ, ਪਹਿਲਾਂ ਮੈਂ ਮਾਰੀ ਹਾਕ ਤੁਹਾਨੂੰ, ਮੇਰੇ ਖਿਆਲ ਤੁਸੀਂ ਵੀ ਆਸੇ ਪਾਸੇ ਹੋਣੇ। ਨਹੀਂ ਆਵਾਜ਼ ਨਹੀਂ ਆਈ, ਉਹ ਤੁਹਾਡਾ ਮਿਊਜ਼ਿਕ ਜਿਹਾ ਵੱਜੀ ਜਾਂਦਾ, ਮੈਂ ਤਾਂ ਕੰਨ ਨੂੰ ਲਾ ਕੇ। ਨਹੀਂ ਮੈਂ ਕਰੀ ਸੀ ਹੈਲੋ ਹੈਲੋ 3-4 ਵਾਰੀ, ਫਿਰ ਮੈਂ ਅਗਲੀ ਕਾਲ ਲਈ। ਹਾਂਜੀ ਕੀ ਕਹਿਣਾ ਚਾਹੁੰਦੇ? ਹੋ ਸਕਦਾ, ਚਲੋ। ਹਾਂਜੀ, ਜੋ ਅੱਜ ਮੋਦੀ ਸ਼ਾਹ ਦੀ ਲੈਂਗੁਏਜ ਆ, ਇਹ ਰੰਗਜੇਬ ਦੀ ਲੈਂਗੁਏਜ ਸੀਗੀ, ਤੇ ਮਹਾਰਾਜ ਦੀ ਲੈਂਗੁਏਜ ਨੂੰ ਵੀ ਸਮਝਦੇ ਸੀ ਤੇ ਉਹਦੇ ਅੰਦਰ ਨੂੰ ਵੀ ਸਮਝਦੇ ਸੀ। ਜਿਸ ਵੇਲੇ ਜੀ ਜੀ ਸੁਰਿੰਦਰ ਸਿੰਘ ਜੀ, ਹੈਲੋ, ਇਹ ਤਾਂ ਐਂ ਲੱਗਦਾ ਜਿਵੇਂ ਸਿੱਧਾ ਹੀ ਖੱਟੇ ਜਾ ਜੰਗੂ ਆਵਾਜ਼ ਗਈ। ਹੈਲੋ, ਦੁਬਾਰਾ ਕਰੋ ਜੀ, ਦੁਬਾਰਾ ਸੁਰਿੰਦਰ ਸਿੰਘ ਜੀ ਅਗਰ ਆਵਾਜ਼ ਸੁਣਦੇ ਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਪਰਾਵੇ ਤਾਂ ਜਿਹੜੇ ਉਹ ਤਾਂ ਤੁਹਾਨੂੰ ਪਤਾ ਲੱਗ ਜਾਂਦਾ, ਜਿਹੜੇ ਬੰਗਲੇ ਭਗਤ ਆ ਉਹ ਹੋਰ ਕਿਸੇ ਹੈਗੇ ਆ, ਤੇ ਜਿਹੜੇ ਨੀਲੇ ਮੋਹਰ ਆ ਹੋਰ ਕਿਸ ਪਾਰਟੀ ਨਾਲ, ਇਹਦੇ ਵਿੱਚ ਪਰਾਵਾ ਆ ਜਾਂਦਾ ਕਿ ਨਹੀਂ। ਬਾਕੀ ਰਹਿ ਗਈ ਬੌਂਡਰੀ ਬੋਡੀ ਲੈਂਗੁਏਜ, ਉਹਦੇ ਵਿੱਚ ਦੇਖੋ ਨਾ ਤੁਸੀਂ ਅਕਾਲੀਆਂ ਤੇ ਕਾਂਗਰਸ ਦਾ ਕਿੰਨਾ ਫਰਕ ਆ। ਇੱਕ ਅਕਾਲੀ ਆ ਬਾਦਲ ਆ, ਉਹਦੀ ਬੋਡੀ ਲੈਂਗੁਏਜ ਦੇਖੋ ਕੀ ਆ, ਤੇ ਆਪਣੇ ਕੈਪਟਨ ਦੀ ਜਿਹੜੀ ਬੋਡੀ ਲੈਂਗੁਏਜ ਆ ਉਹ ਕੀ ਆ। ਹਾਂਜੀ, ਜਿੱਤਾਂ ਵੇਲੇ ਜਿੱਤ ਵੇਲੇ ਬਦਲ ਜਾਂਦੀ, ਹਾਰ ਵੇਲੇ ਬਦਲ ਹੋਰ ਹੋ ਜਾਂਦੀ ਹੈ, ਹੋ ਜਾਂਦੀ। ਪਰ ਨਹੀਂ, ਇਹਦੇ ਵਿੱਚ ਜਿਹੜਾ ਬਾਦਲ ਦੇ ਕੈਪਟਨ ਦੀ ਆਕੜਿਆ ਨਾ, ਉਹ ਨੀ ਹਾਲੇ ਤੇ ਮੁੜਦੀ। ਬਾਦਲ ਨੇ ਕਦੇ ਵੀ ਕਿਹਾ ਨੀ ਕੋਈ ਨੀ ਜੀ ਮੈਂ ਦੇਖੂਗਾ, ਕੋਈ ਗੱਲ ਵੀ ਹੋਵੇ ਮੈਂ ਇਹਦੇ ਪੜੂੰਗਾ, ਇਹਦੇ ਬਾਰੇ ਨਾ ਨੀ ਕਰਨੀ, ਨਾ ਨੀ ਕਰਨੀ, ਮੈਨੂੰ ਪਤਾ ਨੀ ਇਹਦੇ ਬਾਰੇ। ਹਾਂਜੀ ਹਾਂਜੀ, ਇਹੀ ਆ ਬੋਡੀ ਲੈਂਗੁਏਜ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਗੱਲਬਾਤ ਕਰਨ ਦਾ ਤੁਹਾਡਾ ਬਹੁਤ ਧੰਨਵਾਦ। ਹੈਲੋ 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 ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਰਾਜਕੁਮਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ,
ਜੀ ਵੈਸੇ ਮੇਰੇ ਖਿਆਲ ਕੱਪੜਿਆਂ ਤੋਂ ਨਹੀਂ ਬਾਹਲਾ ਬੰਦੇ ਦਾ ਪਤਾ ਲੱਗਦਾ ਕੱਪੜਿਆਂ ਤੋਂ, ਜਿਵੇਂ ਮੋਦੀ ਸਾਹਿਬ ਕਹਿੰਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ, ਮੇਰੇ ਖਿਆਲ ਕੱਪੜੇ ਤਾਂ ਹੁਣ ਕਈ ਵਾਰੀ ਬਹੁਤ ਸੂਟਡ ਬੂਟਡ ਹੁੰਦਾ ਬੰਦਾ, ਐਂ ਲੱਗਦਾ ਬੜਾ ਅਮੀਰ ਹੋਊਗਾ ਸ਼ਕਲ ਦੇ, ਤਾਂ ਮੁੜ ਕੇ ਉਹ ਕਿਸੇ ਨੂੰ ਕਹਦੇ ਤੇ ਉਹ ਕਹਿ ਦਿੰਦਾ ਮੇਰਾ ਬਟੂਆ ਘਰ ਰਹਿ ਗਿਆ, ਤੇ ਬਟੂਆ ਕੋਲੇ ਹੁੰਦਾ ਪੈਸੇ ਨਹੀਂ ਹੁੰਦੇ, ਦੇਖਣ ਨੂੰ ਬਹੁਤ ਅਮੀਰ ਲੱਗਦਾ ਕੱਪੜਿਆਂ ਤੋਂ ਮੇਰੇ ਖਿਆਲ ਤਾਂ ਨਹੀਂ ਜਾਣਾ ਬਟੂਆ ਸਾਹਿਬ। ਮੋਦੀ ਸਾਹਿਬ ਨੇ ਆਪਾਂ ਚਾਹ ਵਿੱਚ ਕੱਪੜੇ ਬਦਲਦਾ ਆਪਣੇ, ਹਾਂਜੀ ਚੀਫ ਮਿਨਿਸਟਰ ਕੱਪੜੇ ਬਦਲਦਾ, ਤੇ ਹੁਣ ਦੂਜੀਆਂ ਜਾਤਾਂ ਵਾਲਿਆਂ ਦੇ ਕੱਪੜੇ ਵੇਚਦੇ ਆ, ਜਜਮੈਂਟ ਹੋ ਜਾਂਦੀ ਹੋਵੇ, ਹੋ ਜਾਂਦੀ ਹੋ ਕੁਛ ਪਰਸੈਂਟ ਕੁ ਨਹੀਂ, ਬੋਡੀ ਲੈਂਗੁਏਜ ਤੋਂ ਬੰਦੇ ਦੇ ਹਾਵ ਭਾਵ ਤੋਂ ਪਤਾ ਲੱਗ ਹੀ ਜਾਂਦਾ ਕਿਹੋ ਜਿਹਾ ਲੱਗ ਜਾਂਦਾ ਪਤਾ, ਪਰ ਉਹ ਮੋਦੀ ਸਾਹਿਬ ਕਿਸੇ ਸਿਆਸੀ ਬੰਦੇ ਨੂੰ ਕੀ ਪਤਾ ਲਾਉਣਗੇ ਕੌਣ ਕਿਸ ਕਿਸ ਚ ਵੀ ਏਦਾਂ ਬੰਦਾ ਆ, ਕਿਸ ਦਿਲ ਵਿੱਚ ਕੀ ਆ ਜਾਂ ਉਹਨੇ ਕੋਈ ਕੀਤਾ ਹੋਇਆ। ਜੇ ਕੋਈ ਸਾਹਮਣੇ ਕੋਈ ਸਟੂਡੈਂਟ ਆ, ਸਟੂਡੈਂਟ ਕਿਹੜੇ ਕੱਪੜੇ ਬਦਲ ਕੇ ਆਊਗਾ, ਕੱਪੜੇ ਚੇਂਜ ਕਰਨੇ ਉਹਨੇ ਹੁਣ ਕਿਸੇ ਸਮਝ ਲਓ ਕਿਸੇ ਭਾਸ਼ਣ ਦਿਨ ਚੱਲਿਆ ਤੇ ਗੱਲ ਵਕਤੀ ਆ, ਤੇ ਇੱਕ ਸਮਝ ਲਓ ਸਟੂਡੈਂਟਸ ਨੇ ਕਾਲਜ ਕੱਪੜੇ ਦੇ ਇੱਕੋ ਜਿਹੇ ਪਾ ਕੇ ਜਾਣੇ ਗਏ ਨੇ, ਕੱਪੜਿਆਂ ਦਾ ਪਤਾ ਲੱਗ ਜਾਂਦਾ ਤੁਹਾਨੂੰ ਕੱਪੜੇ ਦੇਖਣ ਚਾਹੀਦੇ, ਕੋਈ ਗੱਲ ਨੀ ਬਾਤ ਨੀ ਚਲੋ, ਅਸਲ ਵਿੱਚ ਗੱਲ ਆ ਮੁਸਲਮਾਨਾਂ ਦੀ ਚੱਲਦੀ, ਮੁਸਲਮਾਨ ਨਾਗਰਿਕਤਾ ਲੈਣ ਵਾਲੀ ਤੇ ਓਵੈਸੀ ਸੀਗਾ, ਓਵੈਸੀ ਆ ਕਿ ਅਸਦੁਦੀਨ ਓਵੈਸੀ, ਓਵੈਸੀ ਨਾਂ ਦਾ ਬੰਦਾ ਆ ਪੋਲੀਟੀਕਲ ਲੀਡਰ ਆ। ਚਲੋ ਮਿਹਰਬਾਨੀ ਜੀ, ਮਿਹਰਬਾਨੀ, ਵੈਸੇ ਅਸੀਂ ਪਹਿਰਾ ਵਧੀਆ ਅਗਰ ਗੱਲ ਕਰੀਏ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਪੱਗ ਦਸਤਾਰ ਤਾਂ ਪਤਾ ਲੱਗਦਾ ਦੂਰੋਂ ਪਹਿਰਾ ਵਾ ਵੀ ਸਿੱਖ ਹੋਏਗਾ, ਸਿੱਖ ਹੈਗੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ। ਹਾਂਜੀ, ਹਾਂ ਦੇਖੋ ਤੁਸੀਂ ਗੱਲ ਕੀਤੀ ਹੈ ਬੰਦੇ ਦੀ ਪਹਿਚਾਣ ਨਾ ਕੱਪੜਿਆਂ ਤੋਂ ਹੋ ਸਕਦੀ ਹੈ, ਨਾ ਬੋਲੀ ਤੋਂ, ਵਾਹ ਪਿਆ ਹੋ ਸਕਦੀ ਆ, ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਜੀ, ਬਸ ਜਦ ਤੇ ਵਾਹ ਨਹੀਂ ਪੈਂਦਾ ਨਾ, ਕਈਆਂ ਦੀ ਬੋਲ ਬਾਣੀ ਇੰਨੀ ਵਧੀਆ ਹੁੰਦੀ ਕਿ ਤੁਹਾਨੂੰ ਭੁਲੇਖਾ ਹੀ ਲੱਗ ਜਾਂਦਾ ਵੀ ਬੰਦਾ ਸੱਚਾ ਹੀ ਹੋਣਾ, ਠੀਕ ਨਹੀਂ, ਝੂਠਾ ਮੂਠਾ ਰੋਣਾ, ਅੱਖਾਂ ਵਿੱਚ ਪਾਣੀ ਕੱਢ ਲੈਣਾ, ਹਨਾ ਉਹ ਤੋਂ ਨਹੀਂ, ਜਦ ਤਾਈਂ ਬਾਹਰ ਹੀ ਧੜ ਪੈਂਦਾ ਨਾ ਉਸ ਬੰਦੇ ਨਾਲ ਕਈ ਦੋ ਚਾਰ ਵਾਰੀ, ਉਦੋਂ ਜਜਮੈਂਟ ਨਹੀਂ ਕਰ ਸਕਦੇ, ਮੈਂ ਜੋ ਤਜਰਬਾ ਕੀਤਾ। ਬਿਲਕੁਲ ਸਹੀ ਗੱਲ ਤੁਹਾਡੀ ਹੈ ਜੀ, ਬਿਲਕੁਲ ਆਪਣੀ ਸੋਚ ਹੈ। ਹਾਂਜੀ, ਕੱਪੜਿਆਂ ਤੋਂ ਨੀ ਲੱਗਦਾ ਪਤਾ, ਨਾ ਉਹਦੀ ਬੋਲ ਤੇ, ਬੋਲ ਚਾਲ ਤੇ ਨਵੇਂ ਸਭ ਗੌਰਾ ਹੋਏ, ਜਿਹੜਾ ਨੀ ਜਿਹੜੇ ਬਹੁਤੇ ਝੂਠੇ ਤੇ ਬਹੁਤਾ ਨੀਵਾ ਨੀਵੇਂ ਹੁੰਦੇ ਆ, ਏਦਾਂ ਨੀ ਪਤਾ ਲੱਗਦਾ, ਉਹਨਾਂ ਵਾਹ ਪਵੇ ਫੇਰ ਹੀ ਪਤਾ ਲੱਗਦਾ ਬੰਦੇ ਜੀ, ਹਾਂ ਕਿਹੜਾ ਕੰਮ ਆਉਂਦਾ ਤੁਹਾਡੇ, ਕਿਹੜਾ ਨਹੀਂ ਆਉਂਦਾ, ਉੱਥੋਂ ਪਤਾ ਲੱਗਦਾ। ਵੈਸੇ ਪਬਲਿਕਲੀ ਕੱਪੜਿਆਂ ਤੋਂ ਨਹੀਂ ਬੰਦੇ ਦੀ ਜਜਮੈਂਟ ਹੁੰਦੀ, ਊਂ ਚਲੋ ਅਸੀਂ ਕਹੀਏ ਜੇ ਕੁੜਤਾ ਪਜਾਮਾ ਪਾਇਆ, ਨਾਈਟ ਸੂਟ ਪਾਇਆ, ਪਤਾ ਵੀ ਹੁਣ ਸੌਣ ਚੱਲਿਆ ਬੰਦਾ, ਤੇ ਜੇ ਬਾਵਾ ਟੋਰ ਕੱਢਿਆ ਤੇ ਬੰਦਾ ਕਹੂਗਾ ਵੀ ਕੀ ਗੱਲ ਕਿਸੇ ਪਾਰਟੀ ਤੇ ਚੱਲਿਆ ਜਾਂ ਪਾਰਟੀ ਤੋਂ ਆਇਆ, ਇਹ ਜਜਮੈਂਟ ਨਹੀਂ, ਉਹ ਤਾਂ ਹੋ ਸਕਦਾ। ਚਲੋ ਆਪਣਾ ਆਪਣਾ ਹਰ ਇੱਕ ਆਪਣਾ ਆਪਣੀ ਸੋਚ ਹੈ, ਅਸੀਂ ਬਹੁਤਾ ਕੱਪੜਿਆਂ ਨੂੰ ਤਰਜੀਹ ਦਿੰਦੇ ਹੀ ਨੀ ਕਿ ਏਦਾਂ ਜ਼ਿੰਦਗੀ ਕੱਢ ਲਈ ਆ, ਹੈ ਜੀ ਵਧੀਆ, ਆਪਣਾ ਆਪਣੀ ਸੋਚ ਹੀ ਆ, ਕਈ ਟੋਰ ਹੀ ਬਹੁਤ ਕੱਢਦੇ ਆਪਣੇ ਵੱਡਾ ਪੰਥ ਖਾ ਲੈਣ ਲਈ, ਆਪਣਾ ਆਪਣੀ ਸੋਚ ਹੈ, ਹਰ ਕਿਸੇ ਨੂੰ ਕਹੋ ਮਾੜਾ ਕਹਿਣਾ, ਅਸੀਂ ਬਹੁਤਾ ਆਪਣੇ ਕੱਪੜਿਆਂ ਨੂੰ ਜਾਂ ਬਹੁਤਾ ਅਸੀਂ ਹੈ ਨਾ ਉਸ ਗੱਲ ਨੂੰ ਨਹੀਂ ਬਹੁਤਾ ਪਹਿਲ ਦਿੰਦੇ, ਬਈ ਅਸੀਂ ਤੇ ਇਹ ਦੇਖਦੇ ਵੀ ਸੱਚਾਈ ਹੋਣੀ ਚਾਹੀਦੀ ਬੰਦੇ 'ਚ, ਜਿੰਨਾ ਵਾਹ ਪਿਆ ਉਹਨਾਂ ਪੂਰਾ ਨਿਭੋ, ਉਹਨੂੰ ਬੰਦਾ ਗਿਣਦੇ ਅਸੀਂ। ਵੈਸੇ ਜਿਹੜੇ ਬਾਹਲੇ ਕਾਮਯਾਬ ਬਿਜ਼ਨਸਮੈਨ ਨੇ ਅਗਰ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੱਪੜਾ ਨਹੀਂ ਕਦੇ ਦੇਖਿਆ ਵੀ ਕਿਹੜਾ ਪਾਇਆ ਤੇ ਕਿਹੜਾ ਨਹੀਂ ਪਾਇਆ, ਉਹ ਕੰਮ ਵੱਲ ਧਿਆਨ ਦਿੱਤਾ, ਉਹਨਾਂ ਨੂੰ ਕੰਮ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਬਸ ਬਸ ਕੰਮ ਦੇਖ ਰਹੇ, ਕੰਮ ਦੇਖ ਰਹੇ ਬੰਦੇ, ਕੁਝ ਬੰਦੇ ਸਿਲਵਟ ਵੀ ਨਹੀਂ ਪੈਣ ਦਿੰਦੇ ਕੱਪੜੇ ਨੂੰ ਮਾੜੀ ਜੀ ਦਾਗ ਲੱਗਣ ਤੋਂ, ਦੱਸਿਆ ਤਾਂ ਉਹਨਾਂ ਪਰ ਵੀ ਸੋਚ ਆ ਕਿਸੇ ਨੂੰ ਕਾਹਨੂੰ ਮਾੜਾ ਕਹਿਣਾ, ਹੁਣ ਜਪਾਨੀ ਲੋਕ ਇੰਨਾ ਪੈਸਾ ਇਹਨਾਂ ਕੋਲ, ਦੇਖਣ ਨੂੰ ਲੱਗਦਾ ਵੀ ਉਹਨਾਂ ਕੋਲ ਪੈਸਾ ਹੋਊਗਾ, ਇਹਨਾਂ ਇੱਥੇ ਅਸੀਂ ਕੈਲੀਫੋਰਨੀਆ ਰਹੇ ਹਾਂ, ਕਦੀ ਇਹਨਾਂ ਦੂਸਰੇ ਘਰ ਖਰੀਦੇ ਆ ਤੇ ਇਹਨਾਂ ਕਦੀ ਡਾਊਨ ਲਈ ਨੀ, ਪਿਆ ਪੇਮੈਂਟ ਦੂਸਰਾ ਕ੍ਰੈਡਿਟ ਲਿਆ ਇਹਨੇ ਗਾ, ਕੈਸ਼ ਹੀ ਦੇ ਕੇ ਲੈਂਦੇ ਰਹੇ ਆ, ਦੇਖਣ ਨੂੰ ਲੱਗਦੇ ਜਿੱਦਾਂ ਕਦੇ ਐਵੇਂ, ਬਿਲਕੁਲ ਚਲੋ ਮਿਹਰਬਾਨੀ, ਕੱਪੜੇ ਤੁਹਾਨੂੰ ਪਤਾ ਲੱਗਦਾ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ, ਗੱਲਾਂ ਪਤਾ ਚੱਲ ਰਹੀਆਂ ਨੇ, ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਕਰਾਂਗੇ। ਵੈਸੇ ਕੱਪੜਿਆਂ ਦੇ ਪਹਿਰਾਵੇ ਤੋਂ ਬੰਦੇ ਦੇ ਸੁਭਾਅ ਦਾ ਪਤਾ ਨਹੀਂ ਲੱਗ ਸਕਦਾ, ਬੰਦਾ ਕਿਸ ਹਾਲਾਤ ਦੇ ਵਿੱਚ ਹੈ ਇਹ ਪਤਾ ਲੱਗ ਸਕਦਾ। ਜਿਵੇਂ ਮੈਂ ਗੱਲ ਕੀਤੀ ਹੈ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੇਡੀਜ਼ ਨੇ ਜਦੋਂ ਕਿਤੇ ਵਾਈਟ ਸੂਟ ਪਹਿਨੇ ਆ ਜਾਂ ਚਿੱਟੀ ਚੁੰਨੀ ਲਈ ਹੈ ਤਾਂ ਉਹ ਪਤਾ ਲੱਗਦਾ ਵੀ ਇਹ ਕਿਸੇ ਮਰਗ ਤੋਂ ਆਈ ਹੈ ਜਾਂ ਮਰਗ 'ਤੇ ਚੱਲੀ ਹੈ ਜਾਂ ਅਫਸੋਸ ਕਰਕੇ ਆਈ ਹੈ ਜਾਂ ਅਫਸੋਸ ਕਰਨ ਚੱਲੀ ਹੈ, ਅਤੇ ਬੰਦਿਆਂ ਦੇ ਚਲੋ ਖੈਰ ਨਹੀਂ ਪਤਾ ਲੱਗਦਾ ਵੀ ਉਹ ਤਕਰੀਬਨ ਕੱਪੜੇ ਹਰ ਤਰ੍ਹਾਂ ਦੇ ਕੱਪੜੇ ਚੱਲ ਜਾਂਦੇ, ਇੱਕ ਨਿਸ਼ਾਨੀ ਹੁੰਦੀ। ਵਿਆਹ ਸ਼ਾਦੀ ਦੀ ਅਗਰ ਅਸੀਂ ਗੱਲ ਕਰੀਏ ਇੱਧਰਲੇ ਮੁਲਕਾਂ ਦੇ ਵਿੱਚ ਜੇ ਚਿੱਟੇ ਕੱਪੜੇ ਪਾਏ ਨੇ ਬਹੁਤੀ ਨੇ ਤਾਂ ਉਹ ਸਮਝੋ ਵਿਆਹ ਵਾਲੀ ਬਹੁਤੀ ਹੈਗੀ ਹੈ,
ਇੱਧਰਲੇ ਮੁਲਕਾਂ ਦੇ ਵਿੱਚ ਜਦੋਂ ਕਿਸੇ ਨੂੰ ਦਫਨਾਉਣ ਜਾਂਦੇ ਨੇ ਜਾਂ ਸੰਸਕਾਰ ਕਰਨ ਜਾਂਦੇ ਨੇ ਤਾਂ ਉਹ ਬਲੈਕ ਪਾ ਕੇ ਜਾਂਦੇ ਨੇ ਡਰੈਸ, ਉਹਨਾਂ ਦਾ ਇੱਧਰਲਾ ਇੱਦਾਂ ਹੈਗਾ। ਚਲੋ ਡਰੈਸ ਦੀ ਅਸੀਂ ਗੱਲ ਕਰੀਏ, ਡਰੈਸ ਤੋਂ ਇਹ ਤਾਂ ਨਹੀਂ ਪਤਾ ਲੱਗ ਸਕਦਾ ਕਿ ਬੰਦਾ ਕੌਣ ਆ, ਕੀ ਆ, ਕਿੰਨੇ ਪਾਣੀ ਦੇ ਵਿੱਚ ਹੈ, ਪਰ ਬੋਡੀ ਲੈਂਗੁਏਜ ਦੀ ਗੱਲ ਕਰੀਏ ਤਾਂ ਬੋਡੀ ਲੈਂਗੁਏਜ ਤੋਂ ਬੰਦੇ ਦੀਆਂ ਹਰਕਤਾਂ ਤੋਂ ਸਾਨੂੰ ਅੰਦਾਜ਼ਾ ਜ਼ਰੂਰ ਹੋ ਸਕਦਾ ਵੀ ਇਹ ਕੋਈ ਨਾ ਕੋਈ ਗੜਬੜ ਕਰੂਗਾ ਕਿਸੇ ਦੀ। ਵਿਆਹ ਸ਼ਾਦੀ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਹੁੰਦਾ ਜਿੱਥੇ ਫਿਰ ਸਾਰੇ ਕਹਿੰਦੇ ਵੀ ਧਿਆਨ ਰੱਖੋ ਇਹਦੀ ਅੱਖ ਠੀਕ ਨਹੀਂ ਲੱਗਦੀ, ਮੈਨੂੰ ਚੋਰੀ ਚੋਰੀ ਕਰੂੰਗਾ ਭਾਂਡੇ ਭੁੰਡੇ ਇਹ। ਸੋ ਇਹੋ ਜਿਹਾ ਹੁੰਦਾ ਮਾਹੌਲ ਤੁਹਾਡਾ, ਇਹਦੇ ਬਾਰੇ ਕੀ ਵਿਚਾਰ ਨੇ ਬ੍ਰੇਕ ਤੋਂ ਬਾਅਦ ਫਿਰ ਕੱਲ੍ਹ ਲਵਾਂਗੇ। ਦੇ ਦਿਓ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਚੱਲਦੇ ਹਾਂ ਕਾਲਾਂ ਵਾਲੇ ਪਾਸੇ, ਕੀ ਵਿਚਾਰ ਨੇ ਤੁਹਾਡੇ? ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ, ਮਨਜੀਤ ਸਿੰਘ ਜੀ, ਕੀ ਲੱਗਦਾ ਤੁਹਾਨੂੰ ਬੋਡੀ ਲੈਂਗੁਏਜ ਤੋਂ? ਤਾਂ ਮੇਰੇ ਫਰਕ ਪਤਾ ਲੱਗ ਜਾਂਦਾ ਬੰਦੇ ਦਾ ਥੋੜ੍ਹਾ ਬਹੁਤ, ਅਤੇ ਕੱਪੜਿਆਂ ਤੋਂ ਤਾਂ ਨਹੀਂ ਲੱਗਦਾ ਹੋਏਗਾ। ਬੋਡੀ ਲੈਂਗੁਏਜ ਤੁਸੀਂ ਲਾ ਲਓ, ਮੇਰਾ ਐਕਸਪੀਰੀਅੰਸ ਇੰਨਾ ਹੋ ਚੁੱਕਾ ਆ ਅਤੇ ਕਈ ਵਾਰ ਮੇਰੇ ਕੋਲ ਕੰਮ ਕਰਨ ਲਈ ਬੰਦੇ ਆਉਂਦੇ, 15 ਕੁ ਮਿੰਟਾਂ 'ਚ ਮੈਂ ਉਹਦੀ ਗੱਲਬਾਤ 'ਚੋਂ ਲਾ ਦਿੰਦਾ ਬੰਦਾ ਕੰਮ ਕਰਨੇ ਵਾਲਾ ਹੈਗਾ ਕੱਲੀ। ਇੰਡੀਆ ਵੀ ਮੈਂ ਘੁੰਮਦਾ ਫਿਰਦਾ, ਉੱਥੇ ਜਿੱਦਾਂ ਕਈ ਬੰਦੇ ਬਹੁਤ ਛੇਕੀਆਂ ਮਾਰਦੇ ਆ, ਗੱਡੀ ਰੱਖੀ ਹੋ 15-20 ਲੱਖ ਰੁਪਈਏ ਦੀ, ਸੰਗਲੀਆਂ ਪਾਈਆਂ, ਜੇ ਸਭ ਓਦਾਂ ਦੇ ਬੰਦੇ ਨੂੰ ਰੋਪਣਾ ਕਰਦੇ ਹੁੰਦੇ ਆ, ਬਸ ਕ੍ਰੈਡਿਟ ਕਾਰਡ ਸਾਰੇ ਜਿਹੜੇ ਹੁੰਦੇ ਆ ਜੀ। ਹਾਂਜੀ ਹਾਂਜੀ, ਉਹ ਬਸ ਉਹ ਲੁੱਟਣਾ ਹੁੰਦਾ ਬਸ ਲੋਕਾਂ ਨੂੰ ਬਸ। ਬਾਕੀ ਜਿਹੜੇ ਸੱਚੇ ਬੰਦੇ ਹੁੰਦੇ ਉਹ ਸਿੱਧਾ ਬੰਦਾ ਆਇਆ ਨਾ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੂਗਾ। ਜਿਹੜਾ ਹਮੇਸ਼ਾ ਬੰਦਾ 2 ਨੰਬਰੀਆ ਜਾਂ ਝੂਠਾ ਹੋਊਗਾ ਉਹ ਬੰਦਾ ਕਰੇ ਨੀਵੀਂ ਪਾ ਕੇ ਤੁਹਾਡੇ ਨਾਲ ਹਮੇਸ਼ਾ ਗੱਲਾਂ ਨਾਲ ਬਹੁਤ ਮਿੱਠੀਆਂ ਮਿੱਠੀਆਂ ਕਰੂਗਾ। ਇਹ ਵੀ ਮਨਜੀਤ ਸਿੰਘ ਜੀ ਉਹਨਾਂ ਤੇ ਲਾਗੂ ਹੁੰਦਾ ਜਿਹੜੇ ਸੱਚੇ ਸਹੀ ਬੰਦੇ ਨੇ। ਜਿਹੜਾ ਸਹੀ ਬੰਦਾ ਹੈਗਾ ਉਹ ਜਦੋਂ ਗਲਤ ਗੱਲ ਕਰੂਗਾ ਝੂਠ ਬੋਲੂਗਾ ਤਾਂ ਉਹ ਅੱਖਾਂ 'ਚ ਅੱਖਾਂ ਨਹੀਂ ਪਾਊਗਾ, ਪਰ ਜਿਹੜੇ ਜਿਹਨਾਂ ਦਾ ਤਜਰਬਾ ਹੀ ਪੂਰਾ ਇਹ ਹੈ ਜਿਹੜੇ ਉਹ ਵਾਧੂ ਅੱਖਾਂ 'ਚ ਅੱਖਾਂ ਪਾਉਂਦੇ ਨੇ ਉਹ ਵੱਧ ਕੌਨਫੀਡੈਂਸ ਦਿਖਾਉਂਦੇ ਨੇ ਬੰਦੇ। ਹਾਂਜੀ 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 ਹਾਂਜੀ, ਬਥੇਰਾ ਭਾਰੀ ਪੂਛ ਕਰਨਗੇ ਪਰ ਉਹਨਾਂ ਦਾ ਅੰਦਰ ਕੁਛ ਹੋਏ ਖੂਟ ਹੁੰਦਾ। ਚਲੋ ਹਾਂਜੀ ਹਾਂਜੀ, ਬਾਕੀ ਆਪਣੇ ਜਿਹੜੀ ਪੋਲਿਟਿਕਸ ਆ ਉਹ ਵੀ ਹਿਸਾਬ ਨਾਲ ਚੱਲਦੀ ਆ। ਬਿਲਕੁਲ ਬਿਲਕੁਲ, ਪੋਲਿਟਿਕਸ ਵੀ ਆ ਬਸ ਜਦੋਂ ਵੋਟਾਂ ਦਾ ਟਾਈਮ ਹੁੰਦਾ ਕੁਛ ਕੁਛ ਹੋਰ ਹੁੰਦੇ ਆ, ਬਾਅਦ ਚੋਂ ਬਣ ਜਾਂਦੇ ਕੁਛ ਬਾਅਦ। ਚਲੋ ਸਾਡੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਹਾਥੀ ਕੇ ਦਾਂਤ ਹੈ, ਦਿਖਾਣੇ ਕੇ ਔਰ ਖਾਣੇ ਕੇ ਔਰ, ਸੋ ਲੀਡਰ ਤਾਂ ਇਹਨਾਂ ਦੇ ਵਿੱਚ ਆਉਂਦੇ ਹੀ ਹੈਗੇ ਆ। ਹਾਂਜੀ, ਆਵਾਜ਼ ਤੁਹਾਡੀ ਹੁਣ ਬਿਲਕੁਲ ਸਹੀ ਹੈ, ਪਹਿਲਾਂ ਤਾਂ ਐਂ ਜਿਵੇਂ ਤੇਲ ਨੀ ਮੁੱਕਦਾ ਦੀਵੇ ਚੋਂ, ਐਂ ਉਹਦੀ ਆਵਾਜ਼ ਮੁੱਕ ਗਈ ਫੋਨ ਦੀ। ਮੈਂ ਤਾਂ ਹੁਣ 2 ਮਲਾਈ ਬੈਠਾ ਕਿ ਮਗਰ ਵੀ ਦੇ ਮਲਾਇਆ। ਅੱਛਾ, ਨਾਲ ਕੱਪੜੀ ਰੱਖੀ ਹੈ। ਚਲੋ ਠੀਕ ਆ, ਹਾਂਜੀ ਕੀ ਕਹਿਣਾ ਚਾਹੁੰਦੇ? ਜਿਹੜੀ ਅੱਜ ਲੈਂਗੁਏਜ ਇਹਨਾਂ ਦੀ ਸ਼ਾਹ ਦੀ ਤਾਂ ਮੋਦੀ ਦੀ, ਇਹ 50 ਸਾਲ ਰਾਜ ਕਰਕੇ ਗਿਆ ਔਰੰਗਜ਼ੇਬ, ਉਹਦੀ ਵੀ ਇਹੀ ਲੈਂਗੁਏਜ ਸੀ ਤੇ ਮਹਾਰਾਜ ਸਮਝਦੇ ਸੀ। ਇੱਕ ਸੁਰਿੰਦਰ ਸਿੰਘ ਜੀ, ਲੈਂਗੁਏਜ ਵੀ ਤੇ ਬੋਡੀ ਲੈਂਗੁਏਜ ਵੀ ਇਹਨਾਂ ਦੀ ਬੋਲਦੀ ਹੈ, ਕੀ ਕਰਨਾ ਚਾਹੁੰਦੇ ਨੇ? ਹਾਂਜੀ ਹਾਂਜੀ ਹਾਂ ਬਿਲਕੁਲ, ਇਹ ਉਹਦੀ ਸੀ ਜੋ ਇਹ ਕਹਿੰਦੀ ਹੈ, ਇਹ ਉਹਦੀ ਸੀ, ਉਹ ਕਹਿੰਦੇ ਮੈਂ ਮੁਸਲਮਾਨੀ ਕਰਨੀ ਹੈ, ਕਹਿੰਦੇ ਹਿੰਦੂ ਪਾਰੀ ਕਰਨਾ ਆ, ਤੇ ਸਾਰਾ ਪਰਿਵਾਰ ਮਹਾਰਾਜ ਸ਼ਹੀਦ ਕਰਕੇ ਜੋ ਸਭ ਕੁਝ ਹੋ ਗਿਆ, ਤੇ ਮਹਾਰਾਜ ਦੀਨੇ ਕਾਂਗੜ ਤੋਂ ਬਹਿ ਕੇ ਫਿਰ ਜਿਹਨੂੰ ਆਪਾਂ ਜਫਰਨਾਮਾ ਕਹਿੰਦੇ, ਜਿੱਤ ਦੀ ਚਿੱਠੀ ਪੰਜਾਬੀ ਚ ਉਹਨੂੰ ਕਹਿੰਦੇ ਆ, ਉਹ ਲਿਖੀ ਫਿਰ ਮਹਾਰਾਜ ਔਰੰਗਜ਼ੇਬ ਨੂੰ, ਉਹਦੀਆਂ 4 ਲਾਈਨਾਂ ਬਾਪੂ ਪਾਰਸ ਦੀਆਂ, ਹਜੇ ਸ਼ਹਿਨ ਸ਼ਾਹ ਰੰਗਾ ਗੱਲਾਂ ਕਰੇ ਅਮਾਨ ਦੀਆਂ, ਕਿਲਾ ਛਡਾਇਆ ਮੈਥੋਂ ਕਸਮਾਂ ਕੱਤ ਕਰਾਨ ਦੀਆਂ, ਤੋੜ ਸੰਗੰਧ ਖੁਦਾ ਦੀ ਦੱਸ ਤੁਹਾਤੋਂ ਕੀ ਸਰਿਆ, ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ, ਕੀ ਹੋ ਗਿਆ ਜੇ ਲੈ ਲਈ ਹੈ ਜਿੰਦ 4 ਮਸੂਮਾਂ ਦੀ, ਸਾੜ ਸੁੱਟੂ ਕਰ ਤੇਰਾ ਜ਼ਾਲਮ ਆ ਮਜ਼ਲੂਮਾਂ ਦੀ, ਹੋ ਕੇ ਮੋਮਨ ਖੌਫ ਖੁਦਾ ਦੇ ਕੋਲੋਂ ਨਾ ਡਰਿਆ, ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ, ਖੂਨ ਨੀ ਬਿਰਥਾ ਜਾਣਾ ਡੁੱਲਿਆ ਪੁੱਤਰਾਂ ਮੇਰਿਆਂ ਦਾ, ਡੁੱਬਣਾ ਵਿੱਚ ਤੂਫਾਨਾਂ ਬੇੜਾ ਪਾਪਾਂ ਤੇਰਿਆਂ ਦਾ, ਪਿਆ ਗੁਨਾਹਾਂ ਦੇ ਪੱਥਰ ਪਰ ਨੱਕੋ ਨੱਕ ਭਰਿਆ, ਸਿਰ ਪੈਰਾਂ ਦੀ ਪਾ ਦੂੰ ਰਾਣੀ ਖਾਂ ਬਦ ਬਖਤਾਂ ਨੂੰ, ਕਿਸਦਾ ਇੱਕ ਫਗਾਰਾ ਫੂਜੂ ਤਖਤਾਂ ਤਖਤਾਂ ਨੂੰ, ਖੂਨ ਛੱਡੂ ਪੰਗਲਾ ਕੇ ਖਿੰਨੀਆਂ ਸਰੀਆਂ ਦਾ ਠਰਿਆ, ਜੰਗਲ ਦੀ ਅੱਗ ਫੂਕਾਂ ਮਾਰ ਬੁਝਾਈ ਜਾਣੀ ਨਾ, ਘਾਸ ਫੂਸ ਤੋਂ ਰੁਕਣਾ ਸਿੱਖੀ ਹੜਦਾ ਪਾਣੀ ਆ, ਪੈਰੀ ਪੱਥਰ ਪਾ ਬਨ ਕੇ ਜਾਣਾ ਨੀ ਤਰਿਆ, ਦੇਸ਼ ਮਾਲ ਬੇ ਮੰਦਰ ਵਿਚਰਿਆ ਜਾਂਦਾ ਮਹੀਨੇ ਮੈਂ,
ਲਿਖੀ ਲਿਖੀ ਕੀ ਚਿੱਠੀ ਬਹਿ ਕੇ ਕਾਂਗੜ ਦੀਨੇ ਮੈਂ, ਭਾਵੇਂ ਮੇਰਾ ਜੀਵਨ ਥੋਤੋਂ ਜਾਂਦਾ ਨੀ ਸ਼ਰਿਆ ਜੀ। ਚਲੋ ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਫੋਨ ਨੂੰ ਚੈੱਕ ਕਰਾਓ ਪਹਿਲਾਂ ਤਾਂ, ਬਾਕੀ ਗੱਲਾਂ ਦੇ ਬਾਅਦ ਦੇ ਵਿੱਚ ਹੈਗੀਆਂ, ਕੱਲ੍ਹ ਤਾਂ ਹਜੇ ਹੋਰ ਹੈਗੀਆਂ ਤਿੰਨ ਚਾਰ, ਪਰ ਬ੍ਰੇਕ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਸਮਾਂ ਲੱਗੇ ਕਾਲਾਂ ਲੈਣ ਦਾ, ਸਮਾਂ ਬਚਿਆ ਤਾਂ ਜ਼ਰੂਰ ਕਾਲਾਂ ਲਵਾਂਗੇ। ਫਿਲਹਾਲ ਵੇਖ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਆਖਰੀ ਪੜਾਅ ਪ੍ਰੋਗਰਾਮ ਦਾ, ਅਤੇ ਕਾਲਾਂ ਹੋਰ ਨਹੀਂ ਲੈ ਹੋਣੀਆਂ, ਮੈਂ ਮੁਆਫ਼ੀ ਚਾਹੁੰਦਾ। ਇੱਕ ਵਾਰ ਮੈਨੂੰ ਗੱਲ ਵੀ ਬੜੀ ਵਧੀਆ ਚੇਤੇ ਆਈ ਸੀ, ਉਹ ਵੀ ਨਹੀਂ ਹੁਣ ਸੁਣਾ ਹੁਣੀ, ਟਾਈਮ ਜਿਹੜਾ ਬਹੁਤ ਥੋੜ੍ਹਾ ਰਹਿ ਗਿਆ। ਮੁੱਕਦੀ ਗੱਲ ਤਾਂ ਮੈਂ ਹੁਣ ਇਹੀ ਕਰੂੰਗਾ ਵੀ 100 ਹੱਥ ਰੱਸਾ ਸਿਰੇ ਦੇ ਗੰਢ, ਕਿ ਪਤਾ ਲੱਗ ਜਾਂਦਾ ਕੋਸ਼ਿਸ਼ ਕਰਨ 'ਤੇ ਬੰਦੇ ਦਾ ਪਤਾ ਲੱਗ ਜਾਂਦਾ, ਪਹਿਲੀ ਵੇਰ ਨਹੀਂ ਦੂਜੀ ਵੇਰ ਨਹੀਂ, ਉਹਦੀਆਂ ਹਰਕਤਾਂ ਤੋਂ ਗੱਲਬਾਤ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨੇ ਕੁ ਪਾਣੀ ਦੇ ਵਿੱਚ ਹੈਗਾ। ਪਰ ਫਿਰ ਵੀ ਸਿਆਣੇ ਕਹਿੰਦੇ ਵੀ ਜੇ ਕਿਸੇ ਨੇ ਵਾਹ ਵਾਸਤਾ ਰੱਖਣਾ, ਜਾਂ ਅਸੀਂ ਕਿਸੇ ਰਿਸ਼ਤੇ ਦੀ ਗੱਲ ਕਰਦੇ ਹਾਂ, ਮੁੰਡੇ ਕੁੜੀ ਦੀ ਰਿਸ਼ਤੇ ਦੀ ਗੱਲ ਕਰਦੇ ਹਾਂ, ਤਾਂ ਉਹਦੇ ਬਾਰੇ ਘੱਟ ਪਤਾ ਕਰੋ, ਜਾਂ ਜਿਹਨੂੰ ਤੁਸੀਂ ਦੋਸਤ ਬਣਾਉਣਾ ਚਾਹੁੰਦੇ ਹੋ ਉਹਦੇ ਬਾਰੇ ਘੱਟ ਪਤਾ ਕਰੋ, ਜਾਂ ਜਿਹਨੂੰ ਤੁਸੀਂ ਬਿਜ਼ਨਸ ਵਗੈਰਾ ਕਰਨਾ ਚਾਹੁੰਦੇ ਹੋ ਸਾਂਝਾ, ਉਹਦੇ ਬਾਰੇ ਘੱਟ ਪਤਾ ਕਰੋ। ਇਹ ਪਤਾ ਕਰੀਏ ਅਸੀਂ ਵੀ ਉਹਦੇ ਦੋਸਤ ਕਿਹੜੇ ਕਿਹੜੇ ਨੇ, ਉਸ ਬੰਦੇ ਦੀ ਬਹਿਣੀ ਉੱਠਣੀ ਕਿੰਨਾ ਕਿੰਨਾ ਲੋਕਾਂ ਦੇ ਵਿੱਚ ਹੈ, ਤਾਂ ਉਸ ਗੱਲ ਤੋਂ ਇਸ ਚੀਜ਼ ਦਾ ਅੰਦਾਜ਼ਾ ਭਲੀ ਭਾਂਤ ਲੱਗ ਜਾਏਗਾ ਕਿ ਉਹ ਬੰਦਾ ਕਿੰਨੇ ਕੁ ਪਾਣੀ ਦੇ ਵਿੱਚ ਹੈਗਾ ਜਾਂ ਕੀ ਕਰਦਾ ਵਿਚਰਦਾ ਹੈਗਾ। ਸੋ ਇਹ ਚੀਜ਼ਾਂ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ, ਉਮੀਦ ਕਰਦਾ ਵਧੀਆ ਲੱਗਿਆ ਹੋਊਗਾ। ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com, ਤੁਹਾਡੇ ਮੈਸੇਜ ਮੈਨੂੰ ਫੋਨ 'ਤੇ ਮੇਰੇ ਸੈੱਲ ਨੰਬਰ 'ਤੇ ਆ ਰਹੇ ਨੇ, ਵਿੱਚ ਫੋਨ ਵੀ ਆ ਰਹੇ ਨੇ, ਫੋਨ 'ਤੇ ਮੈਂ ਵਿੱਚੋਂ ਨਹੀਂ ਚੱਕ ਹੋਇਆ, ਪਰ ਮੈਸੇਜ ਮੈਂ ਬ੍ਰੇਕ ਦੇ ਵਿੱਚ ਪੜ੍ਹ ਲੈਂਦਾ ਹੁੰਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹੋ, ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਤੁਸੀਂ ਵੀ ਕੋਈ ਆਪਣੀ ਗੱਲ ਰੱਖਣੀ ਚਾਹੁੰਦੇ ਹੋ ਪੂਰੀ ਦੁਨੀਆ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ, ਤਾਂ ਸਾਨੂੰ ਜ਼ਰੂਰ ਸੰਪਰਕ ਕਰੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ jaggi@jaggi2094503562, ਇੱਥੇ ਕਾਲ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ। ਫੇਸਬੁੱਕ ਹੈ, ਟਵਿੱਟਰ ਹੈ, ਕੋਈ ਵੀ ਤੁਹਾਡੀ ਜਾਣਕਾਰੀ ਜਿਹੜੀ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਕਿਸੇ ਚੀਜ਼ ਦੀ, ਹਰ ਤਰ੍ਹਾਂ ਦੀ ਗੱਲਬਾਤ ਆਪਾਂ ਕਰ ਸਕਦੇ ਹਾਂ। ਕੋਈ ਐਡਵਰਟਾਈਜਮੈਂਟ ਦੇਣੀ ਚਾਹੁੰਦੇ ਹੋ, ਕੋਈ ਖਬਰ ਦੇਣੀ ਚਾਹੁੰਦੇ ਹੋ, ਤਾਂ ਜ਼ਰੂਰ ਸੰਪਰਕ ਕਰੋ 209-450-3362 ਅਖੀਰ ਦੇ ਵਿੱਚ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।